ਵੀਪੀਓ ਵੈਬ ਇੰਟਰਨੈਸ਼ਨਲ ਮੀਡੀਆ ਵੱਲੋਂ ਤੁਹਾਡੇ ਲਈ ਪੇਸ਼ ਕਰਦੀਆਂ ਹਫ਼ਤਾਵਾਰੀ ਪ੍ਰੋਗਰਾਮ ਆਵਾਜ਼ ਇੰਟਰਨੈਸ਼ਨਲ। ਇਹ ਪ੍ਰੋਗਰਾਮ ਪੰਜਾਬ ਰਾਕਸ ਦੇ ਸਹਿਯੋਗ ਦੇ ਨਾਲ ਪੇਸ਼ ਕੀਤਾ ਜਾਂਦਾ ਹੈ। ਸਾਰੇ ਸਰੋਤਿਆਂ ਨੂੰ ਮੇਰੇ ਨਵ ਪੱਟੀ ਵੱਲੋਂ ਸਤਿ ਸ੍ਰੀ ਅਕਾਲ। ਅੱਜ ਸਪਟੰਬਰ ਮਹੀਨੇ ਦੀ 8 ਤਰੀਕ ਹੈ, ਸਨ 2019, ਔਰ ਇਸ ਵਕਤ ਟੋਰਾਂਟੋ ਦੇ ਵਿਚ ਸ਼ਾਮ ਦੇ 8 ਵਜੇ ਹਨ। ਤੇ ਜੇ ਵੈਦਰ ਵਾਈਜ਼ ਗੱਲ ਕਰੀਏ ਤੇ ਅੱਜ ਟੋਰਾਂਟੋ ਦੇ ਵਿਚ ਦਿਨ ਜਿਹੜਾ ਬਹੁਤ ਹੀ ਵਧੀਆ ਰਿਹਾ, ਥੋੜਾ ਕੂਲਰ ਸਾਈਡ ਸੀਗਾ। ਸਵੇਰ ਨੂੰ ਉਠਦਿਆਂ ਹੀ ਸਿਰਫ 13 ਡਿਗਰੀ 13 ਡਿਗਰੀ ਸੈਲਸੀਅਸ ਸੀਗਾ, ਪਰ ਬਾਅਦ ਦੇ ਵਿਚ ਦੁਪਹਿਰ ਵੇਲੇ ਤੱਕ 18 ਡਿਗਰੀ ਤੱਕ ਚਲਾ ਗਿਆ ਸੀਗਾ ਵਿਦ ਮਿਕਸ ਆਫ ਸਨ ਐਂਡ ਕਲਾਊਡਸ। ਹੁਣ ਸ਼ਾਮ ਦੇ ਟਾਈਮ ਤੇ ਤਕਰੀਬਨ 13 ਡਿਗਰੀ ਹੈ ਤੇ ਰਾਤ ਨੂੰ ਇਹ ਘੱਟ ਕੇ ਹੋਰ ਵੀ 10 ਡਿਗਰੀ ਤੱਕ ਚਲਾ ਜਾਏਗਾ। ਕੱਲ ਮੰਡੇ ਨੂੰ ਵਰਕ ਵੀਕ ਸਟਾਰਟ ਕਰਦਿਆਂ ਤੇ ਕਿਡਜ਼ ਨੂੰ ਸਕੂਲ ਛੱਡਣ ਜਾਂਦੇ ਵਕਤ ਥੋੜਾ ਜਿਹਾ ਠੰਡਾ ਰਹੇਗਾ, ਪਰ ਦਿਨ ਚੜ੍ਹਦੇ ਤੱਕ 20 ਡਿਗਰੀ ਤੱਕ ਚਲਾ ਜਾਏਗਾ। ਸੋ ਜਸਟ ਨੀਡ ਅ ਲਿਟਲ ਬਿਟ ਐਕਸਟਰਾ ਲੇਅਰ, ਸਪੈਸ਼ਲੀ ਬੱਚਿਆਂ ਦੇ ਲਈ। ਤੇ ਫਾਲ ਸੀਜ਼ਨ ਵੀ ਸ਼ੁਰੂ ਹੋਣੇ ਵਾਲਾ, ਸੋ ਲੈਟਸ ਜਸਟ ਇੰਜੋਏ ਵਾਰਮ ਵੈਦਰ ਅੰਟਿਲ ਇਟ ਲਾਸਟ। ਬਸ ਹੁਣ ਥੋੜੇ ਜਿਹੇ ਦਿਨ ਰਹਿ ਗਏ ਆ ਵਾਰਮ ਟੈਂਪਰੇਚਰ ਦੇ, ਤੇ ਬਸ ਹੁਣ ਕਹਿ ਲੋ ਕਿ ਵੈਸੇ ਵੀ ਕੈਨੇਡਾ ਦੇ ਵਿਚ ਆਪਾਂ ਜੇ ਗੱਲ ਕਰੀਏ, ਅੰਟੇਰੀਓ ਦੇ ਵਿਚ ਗੱਲ ਕਰੀਏ, ਤੇ ਸੈਪਟੰਬਰ 21 ਨੂੰ ਓਫੀਸ਼ਲੀ ਫਾਲ ਦੇ ਜਿਹੜਾ ਮਨਾਉਂਦੇ ਨੇ, ਕਿਉਂਕਿ ਉਸ ਤੋਂ ਬਾਅਦ ਫਿਰ ਅੱਗੇ ਚੱਲ ਕੇ ਫਾਲ ਜਿਹੜਾ ਉਹ ਸ਼ੁਰੂ ਹੋ ਜਾਂਦਾ ਆ। ਆਉਣ ਵਾਲੇ ਪ੍ਰੋਗਰਾਮਾਂ ਦੇ ਵਿਚ ਆਪਾਂ ਫਾਲ ਜਿਹੜੇ ਆ ਸੀਜ਼ਨ ਆ ਜਿਹੜੇ ਮੌਸਮ ਆ ਉਨ੍ਹਾਂ ਦੇ ਬਾਰੇ ਵੀ ਗੱਲਬਾਤ ਕਰਾਂਗੇ। ਪਰ ਜੇ ਤੁਸੀਂ ਵੀ ਇਸ ਪ੍ਰੋਗਰਾਮ ਦਾ ਹਿੱਸਾ ਬਣਨਾ ਚਾਹੁੰਦੇ ਹੋ ਤੇ ਆਪਣੀਆਂ ਜਿਹੜੀਆਂ ਤੁਹਾਡੀਆਂ ਰਿਕਾਰਡਿੰਗਸ ਨੇ ਬਿਨਾਂ ਮਿਊਜ਼ਿਕ ਤੋਂ, ਤੁਸੀਂ ਮੈਨੂੰ ਰਿਕਾਰਡ ਕਰਕੇ ਵਟਸਐਪ ਤੇ ਕਰ ਸਕਦੇ ਹੋ 4165432078 ਤੇ ਜਾਂ ਫਿਰ ਜਿਹੜਾ ਸਾਡਾ ਫੇਸਬੁੱਕ ਦਾ ਪੇਜ ਹੈਗਾ ਹੀ ਆ ਆਵਾਜ਼ ਇੰਟਰਨੈਸ਼ਨਲ, ਉਹਦੇ ਤੇ ਵੀ ਤੁਸੀਂ ਮੈਨੂੰ ਇਨਬਾਕਸ ਮੈਸੇਜ ਕਰ ਸਕਦੇ ਹੋ। ਆਪਣੀ ਆਵਾਜ਼ ਦੇ ਵਿਚ ਤੁਸੀਂ ਆਪਣੀ ਕੋਈ ਸਟੋਰੀ ਬੋਲ ਕੇ ਜਾਂ ਫਿਰ ਕੋਈ ਆਪਣੀ ਪਸੰਦ ਦਾ ਗੀਤ ਗਾ ਕੇ, ਜਾਂ ਜੇ ਤੁਸੀਂ ਖੁਦ ਲਿਖਿਆ ਹੈਗਾ, ਖੁਦ ਸਟੋਰੀ ਲਿਖੀ ਆ, ਉਹ ਵੀ ਤੁਸੀਂ ਰਿਕਾਰਡ ਕਰਕੇ ਮੈਨੂੰ ਭੇਜ ਸਕਦੇ ਹੋ। ਬਸ ਇੱਕ ਖਿਆਲ ਰੱਖਣਾ ਕਿ ਉਹਦੇ ਵਿਚ ਕੋਈ ਵੀ ਮਿਊਜ਼ਿਕ ਜਿਹੜਾ ਉਹ ਨਾ ਹੋਵੇ, ਤੇ ਮੈਂ ਤੁਹਾਨੂੰ ਜਿਹੜੇ ਆਪਣੇ ਇਸ ਰੇਡੀਓ ਦੇ ਇਸ ਪ੍ਰੋਗਰਾਮ ਦਾ ਜਿਹੜਾ ਉਸਦਾ ਹਿੱਸਾ ਜ਼ਰੂਰ ਬਣਾਉਂਗੀ। ਤੇ ਅੱਜ ਇਸੇ ਤਰ੍ਹਾਂ ਹੀ ਟੋਰਾਂਟੋ ਦੇ ਹੀ ਰਹਿਣ ਵਾਲੇ, ਮਿਸੀਸਾਗਾ ਦੇ ਰਹਿਣ ਵਾਲੇ ਈਸ਼ਾ, ਉਨ੍ਹਾਂ ਨੇ ਆਪਣੀ ਇਕ ਗੀਤ ਜਿਹੜਾ ਬੜੀ ਹੀ ਪਿਆਰੀ ਆਵਾਜ਼ ਹੈ ਉਨ੍ਹਾਂ ਦੀ, ਪਹਿਲਾਂ ਵੀ ਮੈਨੂੰ ਕਾਫੀ ਭੇਜਦੇ ਰਹਿੰਦੇ ਨੇ ਆਪਣੇ ਗੀਤ, ਰੈਗੂਲਰ ਲਿਸਨਰ ਨੇ ਸਾਡੇ ਪ੍ਰੋਗਰਾਮ ਦੇ, ਤੇ ਉਹ ਵੀ ਭੇਜਦੇ, ਉਨ੍ਹਾਂ ਦਾ ਹੀ ਗਾਇਆ ਹੋਇਆ ਜਿਹੜਾ ਇਹ ਇਕ ਬਹੁਤ ਹੀ ਖੂਬਸੂਰਤ ਗੀਤ, ਪੁਰਾਣਾ ਫੋਕ ਸੌਂਗ ਹੈਗਾ। ਉਮੀਦ ਕਰਦੀ ਆ ਕਿ ਤੁਹਾਨੂੰ ਜਿਹੜਾ ਇਹ ਗੀਤ ਉਨ੍ਹਾਂ ਨੇ ਗਾਇਆ, ਕਿਉਂਕਿ ਗੀਤ ਤਾਂ ਜਿਹੜੇ ਪੁਰਾਣੇ ਫੋਕ ਸੌਂਗ ਹੁੰਦੇ ਸੀ ਨਾ, ਉਹ ਤਾਂ ਵਧੀਆ ਹੁੰਦੇ ਹੀ ਹੁੰਦੇ ਸੀਗੇ, ਤੇ ਜਦੋਂ ਉਹਨੂੰ ਪਿਆਰੀ ਤਰ੍ਹਾਂ ਗਾਇਆ ਜਾਂਦਾ ਉਹ ਹੋਰ ਵੀ ਪਿਆਰੇ ਹੋ ਜਾਂਦੇ ਨੇ। ਤੇ ਸੁਣਦੇ ਆ ਇਹ ਗੀਤ ਈਸ਼ਾ ਦੀ ਪਸੰਦ, ਈਸ਼ਾ ਦੀ ਆਵਾਜ਼ ਦੇ ਵਿਚ ਬਹੁਤ ਹੀ ਖੂਬਸੂਰਤ ਇਹ ਗੀਤ। ਜੁੱਤੀ ਕਸੂਰੀ ਪੈਰੀ ਨਾ ਪੂਰੀ ਹਾਯੋ ਰੋ ਪਾਵੇ ਸਾਨੂੰ ਤੁਰਨਾ ਪਿਆ ਹੈ, ਹਾਯੋ ਰੋ ਪਾਵੇ ਸਾਨੂੰ ਤੁਰਨਾ ਪਿਆ। ਜਿਨ ਰਹਾਂਦੀ ਮੈਂ ਸਾਰੇ ਨਾ ਜਾਣਾ ਉਹਨੀ ਰਾਹੀ ਵੇ ਸਾਨੂੰ ਤੁਰਨਾ ਪਿਆ ਹੈ, ਉਹਨੀ ਰਾਹੀ ਵੇ ਸਾਨੂੰ ਤੁਰਨਾ ਪਿਆ। ਹਾਯੋ ਰੱਬ ਵੇ ਸਾਨੂੰ ਤੁਰਨਾ ਪਿਆ, ਓ ਹਾਯੋ ਰੱਬ ਵੇ ਸਾਨੂੰ ਤੁਰਨਾ ਪਿਆ। ਸਾਰੇ ਪਿੰਡ ਦੀਆਂ ਲੰਮੀਆਂ ਵਾਟਾਂ ਬੜਾ ਪੁਆੜਾ ਪੈ ਗਿਆ, ਸਾਰੇ ਪਿੰਡ ਦੀਆਂ ਲੰਮੀਆਂ ਵਾਟਾਂ ਬੜਾ ਪੁਆੜਾ ਪੈ ਗਿਆ। ਯੱਕਾ ਤੇ ਪਾੜੇ ਕੋਈ ਨਾ ਕੀਤਾ, ਮਾਇਆ ਪੈਦਲ ਦੇ ਗਿਆ ਹੈ, ਮਾਇਆ ਪੈਦਲ ਦੇ ਗਿਆ। ਜੁੱਤੀ ਕਸੂਰੀ ਪੈਰੀ ਨਾ ਪੂਰੀ ਹਾਯੋ ਰੱਬ ਪਾਵੇ ਸਾਨੂੰ ਤੁਰਨਾ ਪਿਆ ਹੈ, ਹਾਯੋ ਰੱਬ ਪਾਵੇ ਸਾਨੂੰ ਤੁਰਨਾ ਪਿਆ।
ayur pave sanuturna peya, ayur pave sanuturna peya. ਜੇ ਤੁਸੀਂ ਗ੍ਰੇਟਰ ਟੋਰਾਂਟੋ ਏਰੀਆ ਚ ਰਹਿ ਰਹੇ ਹੋ ਤਾਂ ਤੁਹਾਨੂੰ ਕਿਸੇ ਵੀ ਕਿਸਮ ਦੀ ਰੀਅਲ ਇਸਟੇਟ ਸਰਵਿਸ ਦੀ ਜ਼ਰੂਰਤ ਹੋਵੇ, ਤੁਸੀਂ ਪ੍ਰਾਪਰਟੀ ਖਰੀਦਣੀ ਹੋਵੇ ਜਾਂ ਵੇਚਣੀ ਹੋਵੇ, ਰੈਜ਼ੀਡੈਂਸ਼ੀਅਲ ਜਾਂ ਕਮਰਸ਼ੀਅਲ ਜਾਂ ਕੋਈ ਇਨਵੈਸਟਮੈਂਟ ਪ੍ਰਾਪਰਟੀ ਦੇਖ ਰਹੇ ਹੋ ਤਾਂ ਨਵ ਭੱਟੀ ਨੂੰ ਕਾਲ ਕਰੋ ਜਿਹੜੇ ਹੋਮ ਲਾਈਫ ਡਾਇਮੰਡਸ ਦੇ ਨਾਲ ਕੰਮ ਕਰਦੇ ਹੈ। ਨੰਬਰ ਹੈ 416-543-2078 ਜਹਾਂ ਕੋਈ ਬਾਦ ਗੜ ਜਾਏ, ਜਬ ਕੋਈ ਮੁਸ਼ਕਿਲ ਪੜ ਜਾਏ, ਤੁਮ ਦੇਨਾ ਸਾਥ ਮੇਰਾ ਵੋ ਹਮ ਨਵਾ। ਜਬ ਕੋਈ ਬਾਤ ਬਿਗੜ ਜਾਏ, ਜਬ ਕੋਈ ਮੁਸ਼ਕਿਲ ਪੜ ਜਾਏ, ਤੁਮ ਦੇਨਾ ਸਾਥ ਮੇਰਾ ਵੋ ਹਮ ਨਵਾ। ਨਾ ਕੋਈ ਹੈ ਨਾ ਕੋਈ ਥਾ ਜ਼ਿੰਦਗੀ ਮੇ ਤੁਮਹਾਰੇ ਸਿਵਾ, ਤੁਮ ਦੇਨਾ ਸਾਥ ਮੇਰਾ ਵੋ ਹਮ ਨਵਾ। ਚਾਂਦਨੀ ਜਬ ਤੱਕ ਰਾਤ ਦੇਤਾ ਹੈ ਹਰ ਕੋਈ ਸਾਥ, ਤੁਮ ਮਗਰ ਅੰਧੇਰੋ ਮੇ ਨਾ ਛੋੜਨ ਮੇਰਾ ਹਾਥ। ਹੋ ਚਾਂਦਨੀ ਜਬ ਤੱਕ ਰਾਤ ਦੇਤਾ ਹੈ ਹਰ ਕੋਈ ਸਾਥ, ਤੁਮ ਮਗਰ ਅੰਧੇਰੋ ਮੇ ਨਾ ਛੋੜਨ ਮੇਰਾ ਹਾਥ। ਜਬ ਕੋਈ ਬਾਤ ਬਿਗੜ ਜਾਏ, ਜਬ ਕੋਈ ਮੁਸ਼ਕਿਲ ਪੜ ਜਾਏ, ਤੁਮ ਦੇਨਾ ਸਾਥ ਮੇਰਾ ਵੋ ਹਮ ਨਵਾ। ਨਾ ਕੋਈ ਹੈ ਨਾ ਕੋਈ ਥਾ ਜ਼ਿੰਦਗੀ ਮੇ ਤੁਮਹਾਰੇ ਸਿਵਾ, ਤੁਮ ਦੇਨਾ ਸਾਥ ਮੇਰਾ ਵੋ ਹਮ ਨਵਾ। ਤੁਮ ਦੇਨਾ ਸਾਥ ਮੇਰਾ ਵੋ ਹਮ ਨਵਾ। ਜੀ ਦੋਸਤੋ, ਤੁਸੀਂ ਇਹ ਸੁਣਿਆ ਗੀਤ ਈਸ਼ਾ ਦੀ ਆਵਾਜ਼ ਦੇ ਵਿਚ ਪਹਿਲਾ ਗੀਤ, ਤੇ ਫਿਰ ਤੁਸੀਂ ਅਗਲਾ ਗੀਤ ਸੁਣਿਆ ਰੋਹਿਤ ਦੀ ਆਵਾਜ਼ ਦੇ ਵਿਚ। ਬਹੁਤ ਹੀ ਖੂਬਸੂਰਤ ਆਵਾਜ਼ਾਂ ਦੋਨਾਂ ਦੀਆਂ ਹੀ, ਬਹੁਤ ਹੀ ਖੂਬਸੂਰਤੀ ਦੇ ਨਾਲ ਦੋਨੋਂ ਗਾਉਂਦੇ ਨੇ ਔਰ ਰੈਗੂਲਰ ਪ੍ਰੋਗਰਾਮ ਦੇ ਵਿਚ ਵੀ ਸ਼ਾਮਲ ਹੁੰਦੇ ਨੇ। ਸੋ ਥੈਂਕ ਯੂ ਸੋ ਮਚ ਈਸ਼ਾ ਐਂਡ ਥੈਂਕ ਯੂ ਸੋ ਮਚ ਰੋਹਿਤ, ਇਸ ਆਪਣੇ ਜਿਹੜੇ ਗੀਤ ਗਾਏ ਹੋਏ ਗੀਤ ਨੇ ਉਨ੍ਹਾਂ ਨੂੰ ਭੇਜਣੇ ਦੇ ਲਈ, ਆਪਣੀ ਖੂਬਸੂਰਤ ਆਵਾਜ਼ ਨੂੰ ਜਿਹੜਾ ਆ ਸਾਰਿਆਂ ਤੱਕ ਪਹੁੰਚਾਣੇ ਦੇ ਲਈ। ਤੇ ਦੋਸਤੋ, ਅੱਜ ਪ੍ਰੋਗਰਾਮ ਦੇ ਵਿਚ ਗੱਲ ਕਰਦੀ ਹੈਗੀ ਡਰੱਗ ਡੀਲਰਸ ਦੇ ਬਾਰੇ, ਕਿਉਂਕਿ ਇਹ ਜਿਹੜੀ ਨਸ਼ਿਆਂ ਦੀ ਹੈ ਨਾ ਪ੍ਰੋਬਲਮ, ਇਹ ਨਸ਼ਿਆਂ ਦੀ ਪ੍ਰੋਬਲਮ ਜਿਹੜੀ ਆ ਸਾਰੇ ਹੀ ਵਰਲਡ ਦੇ ਵਿਚ ਹੈਗੀ ਆ, ਚਾਹੇ ਉਹ ਡਿਵੈਲਪਡ ਕੰਟਰੀਜ਼ ਨੇ, ਚਾਹੇ ਉਹ ਹਜੇ ਨਹੀਂ ਪੂਰੀ ਤਰ੍ਹਾਂ, ਚਾਹੇ ਉਹ ਥਰਡ ਵਰਲਡ ਜਿਹੜੀਆਂ ਕੰਟਰੀਜ਼ ਨੇ ਉਨ੍ਹਾਂ ਦੇ ਲੋਕ ਨੇ, ਸਾਰਿਆਂ ਨੂੰ ਹੀ ਕਿਤੇ ਨਾ ਕਿਤੇ ਇਹ ਡਰੱਗ ਰਿਲੇਟਡ ਇਸ਼ੂਜ਼ ਜਿਹੜੇ ਆਉਂਦੇ ਨੇ। ਦੇਖੋ, ਜਿਹੜਾ ਡਰੱਗ ਯੂਜ਼ ਕਰਦਾ ਆ ਉਹ ਤਾਂ ਆਪਣੀ ਸਿਹਤ ਨੂੰ ਖਰਾਬ ਕਰ ਹੀ ਰਿਹਾ ਆ, ਉਹ ਆਪਣੀ ਸੋਸਾਇਟੀ ਦੇ ਵਿਚ ਜਿਹੜਾ ਉਹਦੇ ਕਾਫੀ ਇਸ਼ੂਜ਼ ਵੀ ਆ ਰਹੇ ਨੇ, ਪਰ ਜਿਹੜੇ ਨਾਲ ਉਸਦੇ ਨੇ, ਜਿਹੜੇ ਨਾਲ ਉਹਦੇ ਨਾਲ ਕੋਨੈਕਟਿਡ ਜਿਹੜੇ ਲੋਕ ਹੈਗੇ ਆ, ਕਹਿ ਲੋ ਕਿ ਤੁਸੀਂ ਉਹਨਾਂ ਦੀਆਂ ਫੈਮਿਲੀਜ਼ ਹੈਗੀਆਂ ਆ, ਉਹਨਾਂ ਦੇ ਕਲੋਜ਼ ਫਰੈਂਡਸ ਹੈਗੇ ਆ, ਸਪਾਊਸਿਸ ਹੈਗੇ ਆ, ਪੇਰੈਂਟਸ ਹੈਗੇ ਆ, ਬ੍ਰਦਰ ਸਿਸਟਰਸ ਆ, ਬੱਚੇ ਆ, ਜਦੋਂ ਘਰ ਦੇ ਵਿਚ ਕਿਸੇ ਇਕ ਨੂੰ ਨਸ਼ੇ ਦੀ ਆਦਤ ਪੈ ਜਾਂਦੀ ਆ ਤਾਂ ਉਹਦੇ ਨਾਲ ਰਿਲੇਟਡ ਬਹੁਤ ਸਾਰੀਆਂ ਜ਼ਿੰਦਗੀਆਂ ਜਿਹੜੀਆਂ
ਖਰਾਬ ਹੁੰਦੀਆਂ ਨੇ, ਸਟ੍ਰੈਸ ਦੇ ਵਿੱਚ ਹੁੰਦੀਆਂ ਨੇ, ਬਹੁਤ ਹੀ ਮੁਸ਼ਕਲ ਦੇ ਨਾਲ ਉਹ ਆਪਣੇ ਦਿਨ ਕੱਟਦੇ ਨੇ, ਸਿਰਫ ਇੱਕ ਬੰਦੇ ਦੀ ਜਿਸ ਨੇ ਕਿ ਇਸ ਨਸ਼ੇ ਨੂੰ ਸ਼ੁਰੂ ਕੀਤਾ ਸੀਗਾ ਫੋਰ ਐਂਟਰਟੇਨਮੈਂਟ ਪਰਪਸ ਦੇ ਲਈ, ਪਰ ਫਿਰ ਅੱਗੇ ਚੱਲ ਕੇ ਹੌਲੀ ਹੌਲੀ ਉਹ ਉਹਦੇ ਅਡਿਕਟਿਡ ਹੋ ਜਾਂਦੇ ਨੇ ਤੇ ਕਿਸ ਤਰ੍ਹਾਂ ਉਹਨਾਂ ਨੂੰ ਕਿਹੜੀਆਂ ਪ੍ਰੋਬਲਮਸ ਕਿੱਥੇ ਤੱਕ ਪਹੁੰਚ ਜਾਂਦੀਆਂ, ਇਸ ਦੇ ਬਾਰੇ ਤਾਂ ਕੋਈ ਗੱਲ ਕਰਨੇ ਦੀ ਜ਼ਰੂਰਤ ਹੀ ਨਹੀਂ ਹੈਗੀ ਕਿਉਂਕਿ ਸਭ ਜਾਣਦੇ ਨੇ, ਆਪਣੇ ਆਸ ਪਾਸ ਦੇਖਦੇ ਹਾਂ ਅਸੀਂ ਕਿ ਕਿੱਥੇ ਤੱਕ ਇਹ ਪ੍ਰੋਬਲਮਸ ਜਿਹੜੀਆਂ ਚਲੀਆਂ ਜਾਂਦੀਆਂ ਨੇ। ਪਰ ਇਹ ਨਸ਼ੇ ਜਿਹੜੇ ਅਵੇਲੇਬਲ ਕਿੱਥੋਂ ਹੁੰਦੇ ਨੇ, ਜਿਹੜੇ ਇਹ ਨਸ਼ੇ ਖਰੀਦਦੇ ਨੇ ਉਹ ਕਿੱਥੋਂ ਆਉਂਦੇ ਨੇ, ਔਰ ਉਹਨਾਂ ਦੇ ਨਾਲ ਜਿਹੜੇ ਡੀਲ ਕਰਦੇ ਨੇ ਉਹਨਾਂ ਨੂੰ ਅਸੀਂ ਡਰੱਗ ਡੀਲਰਸ ਕਹਿੰਦੇ ਆ। ਉਹ ਡਰੱਗ ਡੀਲਰਸ ਜਿਹੜੇ ਆ ਉਹ ਲੀਗਲੀ ਵੀ ਹੁੰਦੇ ਆ ਤੇ ਇਲੀਗਲੀ ਵੀ ਹੋ ਜਾਂਦੇ ਨੇ। ਉਹ ਜਿਹੜੇ ਡਰੱਗ ਡੀਲਰਸ ਨੇ, ਡਰੱਗ ਨਾਲ ਡੀਲ ਕਰਨ ਵਾਲੇ ਨੇ, ਉਹ ਸਾਰੇ ਦੇ ਸਾਰੇ ਇਸ ਕੈਟੇਗਰੀ ਦੇ ਵਿੱਚ ਆ ਜਾਂਦੇ ਨੇ। ਕੋਈ ਇੱਕ ਬੰਦਾ ਜਿਹੜਾ ਆ ਡਰੱਗਸ ਨੂੰ ਵੇਚ ਰਿਹਾ ਆ, ਕਿਸੇ ਵੀ ਟਾਈਪ ਦੀ ਡਰੱਗ ਕਹਿ ਲਓ, ਕਿਸੇ ਵੀ ਕੁਆਂਟਿਟੀ ਚ ਕਹਿ ਲਓ, ਇਲੀਗਲੀ ਕਹਿ ਲਓ, ਲੀਗਲੀ ਕਹਿ ਲਓ, ਕੁਛ ਵੀ ਕਹਿ ਲਓ, ਉਹ ਸਾਰੇ ਦੇ ਸਾਰੇ ਜਿਹੜੇ ਡਰੱਗ ਡੀਲਰ ਦੀ ਕੈਟੇਗਰੀ ਦੇ ਵਿੱਚ ਆਉਂਦੇ ਨੇ। ਇਹ ਡਰੱਗ ਡੀਲਰ ਜਿਹੜੇ ਬਹੁਤ ਛੋਟੇ ਡੀਲਰਸ ਜਿਹੜੇ ਛੋਟੀ ਜਿਹੀ ਅਮਾਉਂਟ ਦੇ ਵਿੱਚ ਕੁਆਂਟਿਟੀ ਦੇ ਵਿੱਚ ਜਿਹੜੀ ਡੀਲ ਕਰਦੇ ਨੇ ਡਰੱਗ ਨੂੰ, ਉਹ ਵੀ ਡੀਲਰਸ ਨੇ। ਫੋਰ ਐਗਜ਼ਾਮਪਲ ਆਪਾਂ ਇਹ ਕਹਿ ਸਕਦੇ ਹਾਂ ਕਿ ਕੋਈ ਆਪਣੇ ਯੂਜ਼ ਕਰਨ ਦੇ ਲਈ ਖਰੀਦ ਰਿਹਾ ਆ, ਮਨੀ ਪੇ ਕਰ ਰਿਹਾ ਆ, ਦੈਟ ਇਜ਼ ਕਾਲਡ ਦ ਡੀਲਿੰਗ ਵਿਦ ਦ ਡਰੱਗਸ। ਉਹ ਵੀ ਡਰੱਗ ਡੀਲਰਸ ਦੀ ਕੈਟੇਗਰੀ ਦੇ ਵਿੱਚ ਆਉਂਦੇ ਨੇ, ਤੇ ਆਬਵੀਅਸਲੀ ਜਿਹੜੇ ਵੇਚਣ ਵਾਲੇ ਨੇ ਉਹ ਵੀ ਆਉਂਦੇ ਨੇ। ਉਹਨਾਂ ਤੋਂ ਇੱਕ ਸਿੰਗਲ ਇੰਡੀਵਿਜੁਅਲ ਤੋਂ ਲੈ ਕੇ ਜਿਹੜਾ ਗਲੀ ਦੀ ਨੁੱਕੜ ਤੇ ਖੜ ਕੇ ਵੇਚ ਰਿਹਾ ਆ, ਉਹ ਵੀ ਡਰੱਗ ਡੀਲਰ ਆ। ਐਂਡ ਵੀ ਕੈਨ ਟਾਕ ਅਬਾਊਟ ਇਟ ਕਿ ਜਿਹੜੀਆਂ ਹਾਈਲੀ ਆਰਗੇਨਾਈਜ਼ਡ ਗਰੁੱਪਸ ਜਿਹੜੇ ਹੈਗੇ ਆ, ਉਹ ਵੀ ਜਿਹੜੇ ਆ ਬਿਜ਼ਨਸਮੈਨ ਜਿਹੜੇ ਨੇ ਬਹੁਤ ਹੀ ਹਾਈ ਆਰਗੇਨਾਈਜ਼ਡ ਆਪਰੇਸ਼ਨਸ ਦੇ ਨਾਲ ਰਨ ਕਰਦੇ ਨੇ, ਲਾਈਕ ਸੀਰੀਅਸ ਬਿਜ਼ਨਸ, ਉਹ ਵੀ ਜਿਹੜੇ ਨੇ ਡਰੱਗ ਡੀਲਰਸ ਹੀ ਆ। ਟ੍ਰੈਡੀਸ਼ਨਲੀ ਆਪਾਂ ਜਦੋਂ ਇਹ ਕਹਿ ਦਿੰਦੇ ਆ ਕਿ ਜਿਹੜੇ ਡਰੱਗ ਡੀਲਰਸ ਆ ਨਾ, ਉਹ ਜਿਹੜੀਆਂ ਕਮਿਊਨਿਟੀਜ਼ ਦੇ ਵਿੱਚ ਐਡਿਕਸ਼ਨ ਦੀ ਪ੍ਰੋਬਲਮ ਆ, ਚਾਹੇ ਫਿਰ ਉਹ ਪੰਜਾਬ ਦੇ ਵਿੱਚ ਆ, ਚਾਹੇ ਉਹ ਕੈਨੇਡਾ ਦੇ ਵਿੱਚ ਆ, ਚਾਹੇ ਉਹ ਕਿਸੇ ਅਫਰੀਕਨ ਕੰਟਰੀਜ਼ ਦੇ ਵਿੱਚ ਆ, ਕਿਸੇ ਵੀ ਕੰਟਰੀ ਦੇ ਵਿੱਚ ਜਿਹੜੇ ਡੀਲ ਕਰਦੇ ਨੇ, ਦੇ ਆਰ ਆਲ ਜਿਹੜੇ ਆ ਉਹ ਇਸ ਚੀਜ਼ ਨੂੰ ਜਿਹੜਾ ਆ ਇਹ ਐਕਚੁਲੀ ਇੱਕ ਕਾਇੰਡ ਆਫ ਓਵਰਲੈਪ ਕਰ ਜਾਂਦੇ ਨੇ, ਜਿਹੜੀਆਂ ਕਿ ਕੰਟਰੋਲਡ ਡਰੱਗਸ ਜਿਹੜੀਆਂ ਨੇ ਉਹਨਾਂ ਨੂੰ ਪੁਸ਼ ਆਊਟ ਕਰਦੇ ਨੇ। ਕੁਛ ਵੀ ਕਹਿ ਲਓ ਤੁਸੀਂ ਕੰਟਰੋਲ ਡਰੱਗਸ, ਸੱਚ ਤੁਸੀਂ ਮਾਰਿਜੁਆਨਾ ਕਹਿ ਲਓ, ਹੀਰੋਇਨ ਕਹਿ ਲਓ, ਮੈਥ ਕਹਿ ਲਓ, ਕੋਕੀਨ ਕਹਿ ਲਓ, ਕੁਛ ਵੀ ਕੈਮੀਕਲੀ ਪ੍ਰਪੇਅਰਡ ਜਿਹੜੀਆਂ ਡਰੱਗਸ ਨੇ, ਉਹ ਸਾਰੀਆਂ ਦੀਆਂ ਸਾਰੀਆਂ ਨੂੰ ਡੀਲ ਕਰਨ ਵਾਲੇ ਜਿਹੜੇ ਡਰੱਗ ਡੀਲਰਸ ਨਹੀਂ ਹੈਗੇ। ਕਿਉਂਕਿ ਤੁਸੀਂ ਭਾਵੇਂ ਇਹ ਕਹਿ ਲਓ ਕਿ ਕੁਛ ਡਰੱਗ ਡੀਲਰਸ ਜਿਹੜੇ ਇਨ ਰਿਐਲਿਟੀ ਜਿਹੜੇ ਆ, ਉਹਨਾਂ ਦੇ ਨਾਲ ਜਿਹੜੀ ਉਹਨਾਂ ਦੀ ਵੇਰੀਏਬਿਲਟੀ ਆ ਅਮੰਗ ਅਦਰ ਡੀਲਰਸ ਹੈਗੀਆਂ ਆ, ਜਿਸ ਤਰ੍ਹਾਂ ਦੀ ਕਿਸ ਤਰ੍ਹਾਂ ਦੀ ਟਾਈਪ ਦੀ ਉਹ ਡਰੱਗ ਵੇਚ ਰਹੇ ਨੇ, ਕਿਸ ਰੀਜ਼ਨ ਕਰਕੇ ਵੇਚ ਰਹੇ ਨੇ, ਇਵਨ ਦੈਟ ਟੂ, ਐਂਡ ਕਿਹਨੂੰ ਵੇਚਦੇ ਨੇ, ਸਭ ਤੋਂ ਇੰਪੋਰਟੈਂਟ ਜਿਹੜੀ ਗੱਲ ਆ ਜਾਂਦੀ ਉਹ ਕਿਹਨੂੰ ਵੇਚ ਰਹੇ ਨੇ ਜਿਹੜੀਆਂ ਡਰੱਗਸ, ਉਹ ਵੀ ਸਾਰੀਆਂ ਦੀਆਂ ਸਾਰੇ ਜਿਹੜੀ ਕੈਟੇਗਰੀ ਆ ਜਿਹੜੀ ਉਹ ਡਰੱਗ ਡੀਲਰਸ ਦੀ ਕੈਟੇਗਰੀ ਦੇ ਵਿੱਚ ਹੀ ਆ ਜਾਂਦੇ ਆ। ਫੋਰ ਐਗਜ਼ਾਮਪਲ ਆਪਾਂ ਇਹ ਵੀ ਕਹਿ ਸਕਦੇ ਹਾਂ ਕਿ ਜਿਹੜੇ ਪ੍ਰਿਸਕ੍ਰਾਈਬਡ ਜਿਹੜੀਆਂ ਮੈਡੀਸਨਸ ਵੇਚਦੇ ਨੇ, ਜਿਹੜੇ ਫਾਰਮਾਸਿਸਟ ਨੇ, ਜਿਹੜੇ ਕੈਮਿਸਟ ਨੇ, ਆਪਣੇ ਲਈ ਕਹਿ ਲਓ ਕਿ ਤੁਸੀਂ ਐਗਜ਼ਾਮਪਲ ਦੇ ਤੌਰ ਤੇ ਕਹਿ ਸਕਦੇ ਹਾਂ, ਕਿਸੇ ਨੂੰ ਕੋਈ ਕਰੋਨਿਕ ਪੇਨ ਹੈਗੀ ਆ, ਬਹੁਤ ਸਾਲਾਂ ਤੋਂ ਲੰਬੇ ਸਾਲਾਂ ਤੋਂ ਉਹਨੂੰ ਪੇਨ ਹੁੰਦੀ ਆ ਰਹੀ ਆ, ਔਰ ਡਾਕਟਰ ਨੇ ਉਹਨੂੰ ਪੇਨ ਕਿਲਰਸ ਪ੍ਰਿਸਕ੍ਰਾਈਬ ਕੀਤੀਆਂ ਹੋਈਆਂ, ਪਰ ਅੱਗੇ ਚੱਲ ਕੇ ਡਾਕਟਰ ਦੇਖਦਾ ਹੈਗਾ ਕਿ ਜਿਹੜੀਆਂ ਪੇਨ ਕਿਲਰਸ ਉਹਨੇ ਪ੍ਰਿਸਕ੍ਰਾਈਬ ਕੀਤੀਆਂ ਉਹਦੀ ਬਾਡੀ ਦੇ ਉੱਪਰ ਨੈਗੇਟਿਵ ਇਫੈਕਟ ਪਾ ਰਹੀਆਂ ਨੇ, ਉਸ ਬੰਦੇ ਨੂੰ ਉਹਦੀ ਅਡਿਕਸ਼ਨ ਹੋ ਰਹੀ ਆ, ਤੇ ਡਾਕਟਰ ਜਿਹੜੇ ਆ ਉਸ ਡੋਜ਼ ਜਿਹੜੀ ਆ ਉਹ ਜਿਹੜੀ ਡੋਜ਼ ਪਹਿਲਾਂ ਕੀਤੀ ਹੋਈ ਜ਼ਿਆਦਾ ਦੀ ਸੀਗੀ ਉਹਦੀ ਕੁਆਂਟਿਟੀ ਜਿਹੜੀ ਆ ਉਹ ਘਟਾ ਦਿੰਦੇ ਨੇ। ਹੁਣ ਡਾਕਟਰ ਨੇ ਤਾਂ ਘਟਾ ਦਿੱਤੀ, ਪਰ ਜਿਹੜੇ ਫਾਰਮਾਸਿਸਟ ਨੇ ਉਹ ਜੀ ਉਹਨਾਂ ਨੂੰ ਉਹ ਜਿਹੜੀ ਕੰਟਰੋਲਡ ਜਿਹੜੀ ਆ ਜਿਹੜੀ ਡਾਕਟਰ ਦੀ ਪ੍ਰਿਸਕ੍ਰਿਪਸ਼ਨ ਦੇ ਨਾਲ ਪੇਨ ਕਿਲਰਸ ਮਿਲਦੇ ਸੀਗੇ ਉਹ ਕੈਮਿਸਟ ਤੋਂ ਜਾ ਕੇ ਵੈਸੇ ਹੀ ਲੈ ਲੈਂਦਾ ਹੈ, ਮੇ ਬੀ ਬਾਏ ਪੇਇੰਗ ਹਾਈ ਪ੍ਰਾਈਸ, ਹੋ ਸਕਦਾ ਉਹ ਕੈਮਿਸਟ ਨੂੰ ਲਾਲਚ ਦੇ ਕੇ ਥੋੜੀਆਂ ਮਹਿੰਗੀਆਂ ਵੀ ਲੈ ਲੈਂਦਾ ਹੋਵੇ, ਤੇ ਇਹ ਵੀ ਹੋ ਸਕਦਾ ਆ ਕਿ ਜਦੋਂ ਆਪਾਂ ਛੋਟੀ ਕਮਿਊਨਿਟੀਜ਼ ਦੇ ਵਿੱਚ ਰਹਿੰਦੇ ਆ ਤੇ ਜਦੋਂ ਆਪਾਂ ਸੇਮ ਦੁਕਾਨ ਤੇ ਬਾਰ ਬਾਰ ਜਾਂਦੇ ਆ ਤੇ ਉਸ ਦੇ ਜਿਹੜੇ ਓਨਰਸ ਨੇ ਉੱਥੇ ਜਿਹੜੇ ਕੰਮ ਕਰਨ ਵਾਲੇ ਨੇ ਉਹ ਕਾਇੰਡ ਆਫ ਫਰੈਂਡਸ ਬਣ ਜਾਂਦੇ ਨੇ ਜਾਂ ਤੁਹਾਡੇ ਨੋਨ ਕਲੋਜ਼ ਨੋਨ ਦੀ ਕੈਟੇਗਰੀ ਦੇ ਵਿੱਚ ਆ ਜਾਂਦੇ ਨੇ, ਤੇ ਉਹ ਵੀ ਫੇਰ ਦੇ ਦਿੰਦੇ ਨੇ ਵੈਸੇ ਕਿ ਚਲੋ ਡਾਕਟਰ ਨੇ ਪਹਿਲਾਂ ਤਾਂ ਪ੍ਰਿਸਕ੍ਰਾਈਬ ਕੀਤਾ ਸੀਗਾ, ਇਹ ਸੋਚ ਕੇ ਵੀ ਫੇਵਰ ਦੇਣ ਦੀ ਖਾਤਰ ਜਾਂ ਫਿਰ ਹਾਈ ਪ੍ਰਾਈਸ ਲੈਣੇ ਦੇ ਚਾਰਜ ਕਰਨੇ ਦੇ ਚੱਕਰ ਦੇ ਵਿੱਚ ਵੀ ਉਹ ਕਈ ਵਾਰੀ ਨੋਇੰਗਲੀ ਔਰ ਅਨਨੋਇੰਗਲੀ ਉਹ ਜਿਹੜੇ ਆ ਇਹ ਦਵਾਈਆਂ ਜਿਹੜੀਆਂ ਕੰਟਰੋਲਡ ਪ੍ਰਿਸਕ੍ਰਾਈਬ ਦਵਾਈਆਂ ਜਿਹੜੀਆਂ ਉਹ ਉਸ ਬੰਦੇ ਨੂੰ ਦੇ ਦਿੰਦੇ ਨੇ, ਵਿਚ ਇਜ਼ ਵੈਰੀ ਹਾਰਮਫੁਲ ਫਾਰ ਦੈਮ,
ਔਰ ਉਹ ਵੀ ਜਿਹੜੀਆਂ ਆ ਈਵਨ ਦੋ ਉਹ ਜਿਹੜੀਆਂ ਡਰੱਗਸ ਜਿਹੜੀਆਂ ਵੇਚਦੇ ਨੇ ਕਹਿ ਲੋ ਮੈਡੀਸਨਸ ਜਿਨ੍ਹਾਂ ਨੂੰ ਆਪਾਂ ਕਹਿ ਦਿੰਦੇ ਆ ਮੋਸਟਲੀ ਹੁੰਦੀਆਂ ਤਾਂ ਉਹ ਵੀ ਪੇਨ ਕਿਲਰ ਜਿਹੜੀਆਂ ਸੇਮ ਹੀ ਡਰੱਗ ਹੁੰਦੀਆਂ ਆ ਕੰਟਰੋਲਡ ਫਾਰਮ ਦੇ ਵਿਚ ਹੁੰਦੀਆਂ ਆ ਤੇ ਪਰ ਉਹ ਜਿਹੜੀ ਆ ਕਾਇੰਡ ਆਫ ਡਰੱਗ ਡੀਲਿੰਗ ਦੇ ਵਿਚ ਹੀ ਆ ਜਾਂਦੇ ਨੇ ਸੋ ਇੱਕ ਇਹ ਕਹਿ ਲੋ ਕਿ ਜਿਹੜੇ ਇੱਕ ਸਰਵੇ ਆਇਆ ਸੀਗਾ ਉਸ ਦੇ ਵਿਚ ਜਿਹੜਾ ਲੋਕਾਂ ਨੇ ਇਹ ਕੀਤਾ ਸੀਗਾ ਕਿ ਜਿਹੜੀਆਂ ਡਰੱਗਸ ਨੇ ਉਨ੍ਹਾਂ ਨੂੰ ਨਸ਼ਿਆਂ ਨੂੰ ਲੋਕ ਕਰਨਾ ਸ਼ੁਰੂ ਹੀ ਕਿਉਂ ਕਰਦੇ ਨੇ ਤੇ ਜਿਹੜੇ ਉਹਦੇ ਵਿਚ ਜਿਹੜੇ ਮੋਰ ਦੈਨ ਹਾਫ ਅੱਧਿਆਂ ਤੋਂ ਵੱਧ ਲੋਕਾਂ ਨੇ ਵੀ ਇਹ ਕਿਹਾ ਸੀਗਾ ਇਹ ਰਿਸਪੋਂਡ ਦਿੱਤਾ ਸੀਗਾ ਕਿ ਉਹ ਇਸ ਕਰਕੇ ਸ਼ੁਰੂ ਕਰਦੇ ਨੇ ਬਿਕੋਜ਼ ਦੇ ਵਾਂਟਿਡ ਟੂ ਫਿਟ ਇਨ ਜਿਹੜੀ ਸੋਸਾਇਟੀ ਦੇ ਵਿਚ ਨਸ਼ਿਆਂ ਦੀ ਗੱਲ ਕਰੀਏ ਤੇ ਜਿਹੜੀ ਆਪਾਂ ਅਲਕੋਹਲ ਕੰਸਿਊਮ ਕਰਦੇ ਆ ਉਹ ਵੀ ਜਿਹੜੀ ਆ ਸਿਗਰਟ ਪੀਨੇ ਆ ਉਹ ਵੀ ਸਭ ਜਿਹੜੇ ਆ ਉਹ ਨਸ਼ੇ ਹੈਗੇ ਆ ਤੇ ਉਹਨਾਂ ਦੇ ਵਿਚ ਜਸਟ ਬਿਕੋਜ਼ ਮੇਰਾ ਅਦਰ ਫਰੈਂਡ ਜਿਹੜਾ ਉਹ ਸਮੋਕ ਕਰ ਰਿਹਾ ਐਂਡ ਹੀ ਲੁਕਸ ਵੈਰੀ ਕੂਲ ਵੈਨ ਹੀ ਸਮੋਕਿੰਗ ਇਹ ਸੋਚ ਕੇ ਉਦਾਂ ਦੀ ਸੋਸਾਇਟੀ ਦੇ ਵਿਚ ਫਿੱਟ ਹੋਣੇ ਦੇ ਲਈ ਵੀ ਕਈ ਵਾਰੀ ਲੋਕ ਜਿਹੜੇ ਆ ਉਹ ਨਸ਼ੇ ਕਰਨੇ ਸ਼ੁਰੂ ਕਰ ਦਿੰਦੇ ਆ ਇਹ ਸਰਵੇ ਜਿਹੜਾ ਕੰਡਕਟ ਕੀਤਾ ਗਿਆ ਸੀ ਉਹਦੇ ਵਿਚ ਉਸਦੇ ਵਿਚ ਹਾਫ ਤੋਂ ਜ਼ਿਆਦਾ ਲੋਕਾਂ ਨੇ ਇਹੀ ਰੀਜ਼ਨ ਦੱਸਿਆ ਸੀਗਾ ਔਰ ਉਨ੍ਹਾਂ ਨੂੰ ਇਹ ਵੀ ਸੀਗਾ ਕਿ ਬਿਕੋਜ਼ ਉਨ੍ਹਾਂ ਦੇ ਫਰੈਂਡਸ ਜਿਹੜੇ ਨੇ ਫਰੈਂਡ ਸਰਕਲ ਦੇ ਵਿਚ ਜਿੱਥੇ ਬੈਠਦੇ ਨੇ ਉੱਥੇ ਸਾਰੇ ਹੀ ਨਸ਼ੇ ਕਰਦੇ ਨੇ ਤੇ ਫਿਰ ਉਹ ਦੋਜ਼ ਪੀਪਲ ਡੋਂਟ ਵਾਂਟ ਟੂ ਬੀ ਡਿਫਰੈਂਟ ਦੈਨ ਦੇਅਰ ਫਰੈਂਡਸ ਉਨ੍ਹਾਂ ਨੂੰ ਇਹ ਇੰਸਕਿਉਰਿਟੀ ਹੋ ਜਾਂਦੀ ਕਿ ਜੇ ਮੈਂ ਇਸ ਤਰ੍ਹਾਂ ਦੀਆਂ ਜੋ ਕੁਛ ਹੋਰ ਨਸ਼ੇ ਕਰ ਰਹੇ ਨੇ ਜੇ ਉਹ ਸਮੋਕ ਕਰ ਰਹੇ ਨੇ ਜੇ ਉਹ ਡਰੱਗ ਵੈਸੇ ਲੈ ਰਹੇ ਨੇ ਡਰੱਗ ਇਨ ਐਨੀ ਫਾਰਮ ਅਲਕੋਹਲ ਦੀ ਫਾਰਮ ਚ ਨਸ਼ਿਆਂ ਦੇ ਵਿਚ ਅਫੀਮ ਦੇ ਵਿਚ ਕਿਸੇ ਵੀ ਨਾਮ ਤਾਂ ਤੁਸੀਂ ਲੈ ਲਓ ਤੇ ਉਹਦੇ ਵਿਚ ਜਿਹੜੀ ਆ ਇਹ ਗੱਲਾਂ ਹੋ ਰਹੀਆਂ ਨੇ ਇਸ ਕਰਕੇ ਉਹ ਡਰੱਗ ਜਿਹੜੀ ਆ ਉਹ ਲੈਣੇ ਦੇ ਵਿਚ ਕਰ ਦਿੰਦੇ ਨੇ ਪਰ ਇਸ ਦੇ ਬਾਰੇ ਕੁਛ ਇਕ ਨੇ ਇਹ ਵੀ ਰਿਸਪੋਂਡ ਕੀਤਾ ਸੀਗਾ ਕਿਉਂਕਿ ਟੀਵੀ ਦੇ ਉਪਰ ਮੂਵੀਜ਼ ਦੇ ਵਿਚ ਜਿਹੜੇ ਡਰੱਗ ਡੀਲਰ ਜਿਹੜੇ ਦਿਖਾਲਦੇ ਨੇ ਜਿਹੜੇ ਯੂਜ਼ ਕਰਦੇ ਨੇ ਜਿਹੜੇ ਸੈਲ ਕਰਦੇ ਨੇ ਉਨ੍ਹਾਂ ਨੇ ਬੜੇ ਹੀ ਵਧੀਆ ਵਧੀਆ ਕੱਪੜੇ ਪਾਏ ਹੁੰਦੇ ਨੇ ਉਹ ਬੜੇ ਵੈਲ ਡਰੈਸਡ ਹੁੰਦੇ ਨੇ ਤੇ ਉਹ ਬਹੁਤ ਹੀ ਓਪਨ ਵੀ ਲੋਕਾਂ ਦੇ ਨਾਲ ਗੱਲਾਂ ਕਰਦੇ ਨੇ ਇਹਨੂੰ ਵੀ ਕਹਿ ਦਿੱਤਾ ਜਾਂਦਾ ਹੈ ਕਿ ਉਹ ਜਿਹੜੇ ਆ ਉਹ ਡਰੱਗ ਡੀਲਰਸ ਲਖੂਨ ਐਂਡ ਪੈਸੇ ਇੰਨੇ ਜ਼ਿਆਦਾ ਬਣਾ ਰਹੇ ਨੇ ਬੇਸ ਬਹੁਤ ਹੀ ਓਪਨਲੀ ਕਹਿ ਲੋ ਕਿ ਬਹੁਤ ਹੀ ਖੁੱਲੇ ਖਰਚ ਕਰ ਰਹੇ ਨੇ ਤੇ ਬੰਦਾ ਇਸ ਗੱਲ ਤੇ ਇੰਪ੍ਰੈਸ ਹੋ ਜਾਂਦਾ ਕਿ ਜੇ ਮੈਂ ਵੀ ਇਸ ਤਰ੍ਹਾਂ ਹੀ ਕਰੂੰਗਾ ਤੇ ਮੈਂ ਵੀ ਜਿਹੜਾ ਹੈ ਖੂਬ ਪੈਸਾ ਜਿਹੜਾ ਉਹ ਕਮਾ ਸਕਦਾ ਆ ਤੇ ਆਮ ਲੋਕਾਂ ਦੇ ਮਨਾਂ ਦੇ ਵਿਚ ਜਿਹੜੀ ਉਹਦੀ ਡਰੱਗ ਡੀਲਰ ਦੀ ਜਦੋਂ ਆਪਾਂ ਇਮੇਜ ਵੀ ਕਰਦੇ ਆ ਨਾ ਤਾਂ ਇਹੀ ਆਉਂਦੇ ਆ ਕਿ ਲੌਂਗ ਕੋਟਸ ਪਾਏ ਹੋਏ ਆ ਹੈਟ ਲਈ ਹੋਈ ਆ ਵਧੀਆ ਹੈਗਾ ਸਭ ਕੁਛ ਆ ਇਸ ਤਰ੍ਹਾਂ ਕਰਕੇ ਵੀ ਉਹ ਜਿਹੜੇ ਆਪਾਂ ਸੋਚਦੇ ਆ ਕਿ ਡਰੱਗ ਡੀਲਰ ਇਦਾਂ ਦੇ ਹੁੰਦੇ ਕਿਉਂਕਿ ਆਪਾਂ ਨੇ ਮੂਵੀਜ਼ ਦੇ ਵਿਚ ਆਪਾਂ ਨੇ ਟੀਵੀ ਸ਼ੋਜ਼ ਦੇ ਵਿਚ ਇਹੀ ਦੇਖਿਆ ਹੁੰਦਾ ਪਰ ਜੋ ਸੱਚਾਈ ਹੈਗੀ ਆ ਉਹਦੇ ਵਿਚ ਇਸ ਤਰ੍ਹਾਂ ਦੀ ਵੀ ਹੈਗੀ ਆ ਕਿ ਜਿਹੜੇ ਇਹ ਡਰੱਗ ਡੀਲਰਸ ਨੇ ਨਾ ਇਹ ਜਿਹੜੇ ਮਚ ਮੋਰ ਡਿਸਕ੍ਰੀਟ ਟਾਈਪ ਦੇ ਬੰਦੇ ਹੁੰਦੇ ਨੇ ਔਰ ਉਨ੍ਹਾਂ ਨੂੰ ਕਿੱਦਾਂ ਦੀ ਕਮਿਊਨਿਟੀ ਦੇ ਵਿਚ ਜਾ ਕੇ ਕਿੱਦਾਂ ਦੇ ਲੋਕਾਂ ਨੂੰ ਉਨ੍ਹਾਂ ਨੇ ਟਾਰਗੇਟ ਕਰਨਾ ਉਹ ਬਿਲਕੁਲ ਉਸੇ ਤਰ੍ਹਾਂ ਦੇ ਹੀ ਬਣ ਕੇ ਹੀ ਘੁੰਮਦੇ ਨੇ ਦੇਖਣੇ ਨੂੰ ਇਕ ਜਿਹੜਾ ਡਰੱਗ ਡੀਲਰ ਆ ਤੇ ਇਕ ਜਿਹੜਾ ਨਾਰਮਲ ਪਰਸਨ ਆ ਵਿਜੀਬਲੀ ਵਿਜੁਅਲੀ ਤੁਸੀਂ ਕੋਈ ਵੀ ਉਹਦੇ ਵਿਚ ਡਿਫਰੈਂਸ ਜਿਹੜਾ ਤੁਸੀਂ ਨਹੀਂ ਦੇਖ ਸਕਦੇ ਸੋ ਇਸ ਕਰਕੇ ਵੀ ਨੀਡ ਟੂ ਬੀ ਕੇਅਰਫੁਲ ਬਿਕੋਜ਼ ਐਜ ਏ ਪੇਰੈਂਟਸ ਕਹਿ ਲੋ ਆਪਣੇ ਬੱਚਿਆਂ ਨੂੰ ਅਸੀਂ ਪ੍ਰੋਟੈਕਟ ਕਰਨੇ ਦੇ ਲਈ ਜਾਂ ਸੋਸਾਇਟੀ ਦੇ ਲਈ ਸਾਨੂੰ ਹੈਗਾ ਕਿ ਅਸੀਂ ਜਿਹੜੇ ਡਰੱਗ ਡੀਲਰ ਜਾਂ ਅਸੀਂ ਉਨ੍ਹਾਂ ਨੂੰ ਆਪਣੇ ਪਿੰਡ ਆਪਣੇ ਸ਼ਹਿਰ ਆਪਣੀ ਕਾਲੋਨੀ ਦੇ ਵਿਚ ਵੜਨ ਨਹੀਂ ਦੇਣਾ ਤੇ ਅਸੀਂ ਇਹੀ ਸੋਚਦੇ ਆ ਕਿ ਉਹ ਬੜੇ ਹਾਈ ਫਾਈ ਸਟਾਈਲ ਦੇ ਤਿਆਰ ਹੋ ਕੇ ਆਣਗੇ ਬਟ ਦਿਸ ਇਜ਼ ਨਾਟ ਟਰੂ ਉਹ ਸਾਡੇ ਵਰਗੇ ਹੀ ਜਿੱਦਾਂ ਦੀ ਕਮਿਊਨਿਟੀਜ਼ ਦੇ ਅਸੀਂ ਵਿਚ ਰਹਿੰਦੇ ਆ ਉਸੇ ਤਰ੍ਹਾਂ ਦੇ ਬਣ ਕੇ ਹੀ ਆਉਂਦੇ ਨੇ ਜਿਹੜੇ ਜੇ ਕਿਸੇ ਨੂੰ ਹੁਣ ਅੱਗੇ ਜਦੋਂ ਇਹ ਕਹਿ ਲੋ ਕਿ ਐਡਿਕਸ਼ਨ ਹੋ ਜਾਂਦੀ ਆ ਫਿਰ ਉਹਦੇ ਵਿਚ ਜਦੋਂ ਆਪਾਂ ਗੱਲ ਕਰਦੇ ਹੈਗੇ ਆ ਇਹ ਅਸੀਂ ਸਪੈਸ਼ਲੀ ਆਮ ਟਾਕਿੰਗ ਅਬਾਊਟ ਜਿਹੜੀਆਂ ਕਿ ਸਮਾਲ ਕਮਿਊਨਿਟੀਜ਼ ਨੇ ਕਹਿ ਲੋ ਕਿ ਸਾਡੇ ਜਿਹੜੇ ਪਿੰਡ ਨੇ ਸਾਡੀਆਂ ਜਿਹੜੀਆਂ ਕਾਲੋਨੀਜ਼ ਆ ਉਹਦੇ ਵਿਚ ਕਿਉਂਕਿ ਇਹ ਚੰਗੇ ਮਾੜੇ ਬੰਦੇ ਹਰੇਕ ਜਗ੍ਹਾ ਹੁੰਦੇ ਨੇ ਇਟਸ ਨਾਟ ਨੈਸੇਸਰੀ ਕਿ ਜੇ ਕੋਈ ਡਰੱਗ ਖਾਂਦਾ ਆ ਡਰੱਗ ਯੂਜ਼ ਕਰਦਾ ਆ ਉਹ ਮਾੜਾ ਹੀ ਬੰਦਾ ਆ ਬਿਕੋਜ਼ ਉਸਨੂੰ ਇਸ ਪਾਸੇ ਲਾਇਆ ਕੀ ਨੇ ਉਹਦੇ ਹਾਲਾਤ ਕੀ ਸੀਗੇ ਆਪਾਂ ਹੁਣ ਸਾਰਿਆਂ ਨੂੰ ਇਸ ਚੀਜ਼ ਦੀ ਅਵੇਅਰਨੈਸ ਹੈਗੀ ਆ ਕਿ ਸਾਡੀ ਕਾਲੋਨੀ ਦੇ ਵਿਚ ਸਾਡੇ ਪਿੰਡਾਂ ਦੇ ਵਿਚ ਇਹ ਪ੍ਰੋਬਲਮਸ ਆ ਰਹੀ ਆ ਤੇ ਆਪਾਂ ਉਨ੍ਹਾਂ ਨੂੰ ਕੰਟਰੋਲ ਕਰਨਾ ਚਾਹੁੰਦੇ ਆ ਫਾਰ ਹਿਊਮੈਨਿਟੀ ਸੇਕ ਇਨਸਾਨੀਅਤ ਦੀ ਖਾਤਰ ਤੇ ਫਿਰ ਇਹ ਆ ਜਾਂਦਾ ਨਾ ਕਿ ਡਰੱਗ ਡੀਲਰ ਜਿਹੜੇ ਆ ਉਹ ਦਿਖਦੇ ਕਿੱਦਾਂ ਦੇ ਹੈਗੇ ਆ ਸੋ ਇਸ ਕਰਕੇ ਆਪਾਂ ਇਹ ਕਹਿ ਸਕਦੇ ਆ ਕਿ ਬਜਾਏ ਇਸ ਦੇਖਣ ਦੇ ਕਿ ਜਿਹੜੇ ਡਰੱਗ ਡੀਲਰਸ ਹੈਗੇ ਆ ਜਿੱਦਾਂ ਦੇ ਉਹ ਦਿਖਾਲਦੇ ਨੇ ਵੀ ਉਹ ਅਨਪੜ੍ਹ ਵੀ ਲੋਕ ਹੋ ਸਕਦੇ ਨੇ ਉਹ ਜ਼ਾਲਮ ਜਿਹੇ ਲੋਕ ਵੀ ਹੋ ਸਕਦੇ ਨੇ ਜਿਨ੍ਹਾਂ ਨੇ ਆਪਣੀ ਬਾਡੀ ਦੇ ਉੱਤੇ ਬੜੇ ਹੀ ਹੈਵੀਲੀ ਟੈਟੂਜ਼ ਬਣਾਏ ਹੋਏ ਨੇ ਜਾਂ ਉਨ੍ਹਾਂ ਦਾ ਕੋਈ ਵੈਲ ਨੋਨ ਕ੍ਰਿਮੀਨਲ ਰੈਕਰਡ ਹੈਗਾ ਆ ਆਪਾਂ ਇਦਾਂ ਦੇ ਲੋਕਾਂ ਦੇ ਉੱਪਰ ਸ਼ੱਕ ਕਰਦੇ ਆ ਕਿ ਇਹ ਡਰੱਗ ਡੀਲਿੰਗ ਕਰਦਾ ਆ
ਪੜਨੋ ਜਿਹੜੇ ਡਰੱਗ ਡੀਲਰਸ ਨੇ ਉਹ ਬਹੁਤ ਵਾਰੀ ਬਿਲਕੁਲ ਹੀ ਨਾਰਮਲ ਬੰਦਿਆਂ ਵਰਗੇ ਹੁੰਦੇ ਨੇ ਭਾਵੇਂ ਉਹ ਡਰੱਗ ਡੀਲਰਸ ਜਿਹੜੇ ਆ ਵੈਸੇ ਡਰੱਗ ਡੀਲਿੰਗ ਕਰ ਰਹੇ ਹੋਣ ਪਰ ਦਿਖਾਵੇ ਦੇ ਉੱਤੇ ਹੋ ਸਕਦਾ ਕੋਈ ਉਹ ਛੋਟਾ ਮੋਟਾ ਜਿਹੜਾ ਕੰਮ ਆ ਉਹ ਵੀ ਕਰ ਰਹੇ ਹੋਣ ਆਪਣੇ ਆਪ ਨੂੰ ਐਜ਼ ਏ ਡਿਸਗਾਈਜ਼ ਰੱਖਣ ਲਈ ਆਪਣੇ ਆਪ ਨੂੰ ਬਾਕੀਆਂ ਦੇ ਨਾਲ ਉਹ ਥੋੜੇ ਵਿਚ ਫਿਟ ਇਨ ਹੋਣੇ ਲਈ ਕਿ ਸੋਸਾਇਟੀ ਦੇ ਵਿਚ ਜਿਸ ਤਰ੍ਹਾਂ ਦੇ ਹੈਗੇ ਆ ਉਹ ਉਸੇ ਤਰ੍ਹਾਂ ਦੀ ਸੋਸਾਇਟੀ ਦੇ ਵਿਚ ਰਹਿ ਸਕਦੇ ਹੋ ਸਕਦਾ ਉਹਨਾਂ ਦੀ ਡੇ ਜੋਬ ਜਿਹੜੀ ਉਹ ਰੈਗੂਲਰ ਵੀ ਹੋਵੇ ਘਰ ਵੀ ਬਾਹਰ ਵੀ ਉਹਨਾਂ ਦਾ ਬਿਲਕੁਲ ਨਾਰਮਲ ਹੋਵੇ ਫੈਮਿਲੀ ਵੀ ਉਹਨਾਂ ਦੀ ਬੜੀ ਲਵਿੰਗ ਜਿਹੀ ਹੋਵੇ ਇਦਾਂ ਦੀ ਵੀ ਦਿਖਣੇ ਨੂੰ ਲੱਗ ਸਕਦੇ ਤੇ ਅੰਦਰੋਂ ਅੰਦਰੀ ਉਹ ਵੀ ਜਿਹੜੀ ਆ ਡਰੱਗ ਡੀਲਿੰਗ ਕਰਦੇ ਹੋ ਸਕਦੇ ਨੇ ਸੋ ਯੂ ਨੀਡ ਟੂ ਕੀਪ ਯੋਰ ਆਈਜ਼ ਓਪਨ ਜਦੋਂ ਆਪਾਂ ਇਦਾਂ ਦੀਆਂ ਗੱਲਾਂ ਦੀ ਅਵੇਅਰਨੈਸ ਲਿਆਉਣ ਦੀ ਕੋਸ਼ਿਸ਼ ਕਰਦੇ ਆ ਕੋਈ ਬਹੁਤ ਹੀ ਭਲਾ ਲੁਕਣ ਵਾਲਾ ਬਹੁਤ ਹੀ ਜੈਂਟਲ ਪਰਸਨ ਜਿਹੜਾ ਆ ਬਹੁਤ ਹੀ ਸੋਫਿਸਟੀਕੇਟਿਡ ਪਰਸਨ ਜਿਹੜਾ ਆ ਦੈਟ ਕੁਡ ਬੀ ਅ ਡਰੱਗ ਡੀਲਰ ਐਸ ਵੈਲ ਔਰ ਜਦੋਂ ਇੱਕ ਇਹਨਾਂ ਬਾਰੇ ਵੀ ਸਰਵੇ ਕੀਤਾ ਗਿਆ ਸੀਗਾ ਇੱਕ ਕੰਪਨੀ ਦੇ ਵੱਲੋਂ ਤੇ ਉਨ੍ਹਾਂ ਨੇ ਵੀ ਇਹ ਕਿਹਾ ਸੀਗਾ ਕਿ ਮੋਰ ਦੈਨ 75% ਲੋਕ ਇੱਦਾਂ ਦੇ ਹੈਗੇ ਆ ਜਿਨ੍ਹਾਂ ਦੇ ਕੋਲ ਐਕਚੁਅਲੀ ਫੁੱਲ ਟਾਈਮ ਜੋਬਸ ਹੈਗੀਆਂ ਬਹੁਤ ਹੀ ਰੈਪੂਟੇਬਲ ਕੰਪਨੀਜ਼ ਦੇ ਨਾਲ ਔਰ ਕਈਆਂ ਨੇ ਤਾਂ ਉਨ੍ਹਾਂ ਦੇ ਵਿੱਚੋਂ ਬਹੁਤ ਹੀ ਸਕਿਲਡ ਜੋਬਸ ਵਾਲੇ ਵੀ ਜਿਹੜੇ ਬੰਦੇ ਉਹ ਵੀ ਹੈਗੇ ਆ ਬਹੁਤ ਹੀ ਪ੍ਰੈਸਟੀਜੀਅਸ ਜਿਨ੍ਹਾਂ ਦੇ ਟਾਈਟਲਸ ਆ ਜੋਬਸ ਦੇ ਉਹ ਵੀ ਹੈਗੇ ਆ ਤੇ ਫੇਰ ਅੱਗੇ ਗੱਲ ਆ ਜਾਂਦੀ ਆ ਕਿ ਜਿਹੜੇ ਇਹ ਡਰੱਗ ਡੀਲਰਸ ਹੁੰਦੇ ਆ ਉਨ੍ਹਾਂ ਦੇ ਕਸਟਮਰਸ ਕਿਹੜੇ ਹੈਗੇ ਆ ਤੇ ਕਸਟਮਰਸ ਵੀ ਦੋਸਤੋ ਹਰੇਕ ਜਿਹੜੀ ਐਵਰੀ ਵਾਕ ਆਫ ਲਾਈਫ ਦੇ ਵਿੱਚੋਂ ਆਉਂਦੇ ਨੇ ਬਹੁਤ ਹੀ ਜਿਨ੍ਹਾਂ ਨੂੰ ਆਪਾਂ ਨੇ ਜਦੋਂ ਕਲਾਸਿਸ ਦੇ ਵਿੱਚ ਡਿਵਾਈਨ ਕਰਦੇ ਹਾਂ ਬਹੁਤ ਹੀ ਲੋਅਰ ਕਲਾਸ ਤੋਂ ਲੈ ਕੇ ਅਪਰ ਕਲਾਸ ਤੱਕ ਦੇ ਲੋਕ ਹਰੇਕ ਰੇਸ ਦੇ ਲੋਕ ਹਰੇਕ ਜੈਂਡਰ ਦੇ ਲੋਕ ਹਰ ਕੋਈ ਜਿਹੜੇ ਆ ਉਹ ਉਨ੍ਹਾਂ ਦੇ ਕਸਟਮਰਸ ਹੋ ਸਕਦੇ ਨੇ ਕਾਫੀ ਮਾਰਕੀਟਸ ਆ ਜਿਹੜੀਆਂ ਹਾਈ ਸਕੂਲ ਦੇ ਸਟੂਡੈਂਟਸ ਜਾਂ ਕਾਲਜਿਸ ਜਿਹੜੇ ਆ ਉਨ੍ਹਾਂ ਨੂੰ ਟਾਰਗੇਟ ਕਰਦੇ ਨੇ ਤੇ ਕੁਛ ਇੱਕ ਇਦਾਂ ਦੇ ਵੀ ਹੈਗੇ ਆ ਜਿਹੜੇ ਪ੍ਰੋਫੈਸ਼ਨਲ ਲੋਕ ਨੇ ਵਧੀਆ ਜੋਬਸ ਵਾਲੇ ਨੇ ਪੜ੍ਹੇ ਲਿਖੇ ਲੋਕ ਨੇ ਉਨ੍ਹਾਂ ਨੂੰ ਟਾਰਗੇਟ ਕਰਦੇ ਨੇ ਤੇ ਕੁਛ ਇਦਾਂ ਦੇ ਵੀ ਹੈਗੇ ਆ ਜਿਹੜੀਆਂ ਪ੍ਰਿਸਕ੍ਰਿਪਸ਼ਨ ਵਾਲੀਆਂ ਜਿਹੜੀਆਂ ਡਰੱਗਸ ਨੇ ਦਵਾਈਆਂ ਜਿਨ੍ਹਾਂ ਨੂੰ ਆਪਾਂ ਕਹਿ ਦਿੰਦੇ ਆ ਉਨ੍ਹਾਂ ਦੀ ਇੰਡਸਟਰੀ ਦੇ ਵਿੱਚ ਵੀ ਕੁਛ ਇਦਾਂ ਦੇ ਹੋ ਸਕਦੇ ਨੇ ਜਿਹੜੇ ਕਿ ਨਾਲ ਬਿਕਾਜ਼ ਦੇਖਣ ਨੂੰ ਉਹ ਦਵਾਈਆਂ ਦੇ ਜਿਹੜੇ ਆ ਉਨ੍ਹਾਂ ਦੇ ਕਾਰੋਬਾਰ ਦੇ ਨੇ ਵਿੱਚ ਪਰ ਉਹ ਨਾਲ ਦੀ ਨਾਲ ਜਿਹੜੇ ਡਰੱਗ ਡੀਲਰਸ ਵੀ ਹੋ ਸਕਦੇ ਨੇ ਕਿਸੇ ਕਹਿ ਲੋ ਕਿ ਤੁਸੀਂ ਜਿਹੜੀਆਂ ਹਾਈ ਪ੍ਰੈਸ਼ਰ ਜੋਬਸ ਹੁੰਦੀਆਂ ਕਈ ਵਾਰੀ ਕੁਛ ਤੁਸੀਂ ਇੱਦਾਂ ਦੀ ਪੋਜੀਸ਼ਨ ਦੇ ਉੱਤੇ ਹੋ ਕਿ ਜਿੱਥੇ ਬਹੁਤ ਜ਼ਿਆਦਾ ਪ੍ਰੈਸ਼ਰ ਆ ਫਿਰ ਉਨ੍ਹਾਂ ਦੇ ਵੀ ਇਹ ਟਾਰਗੇਟ ਕਰਦੇ ਨੇ ਕਿ ਉਨ੍ਹਾਂ ਨੂੰ ਇਹ ਕਹਿੰਦੇ ਨੇ ਕਿ ਇਹ ਪ੍ਰਿਸਕ੍ਰਾਈਬਡ ਮੈਡੀਸਨ ਹੈਗੀ ਆ ਇਹਦੇ ਨਾਲ ਤੁਸੀਂ ਥੋੜੇ ਜਿਹੇ ਰਿਲੈਕਸ ਹੋ ਜਾਓਗੇ ਤੁਹਾਡੇ ਮਸਲਸ ਜਿਹੜੇ ਉਹ ਰਿਲੈਕਸ ਹੋ ਜਾਣਗੇ ਉਹ ਇਸ ਤਰ੍ਹਾਂ ਦੀਆਂ ਕਰਕੇ ਇਨ੍ਹਾਂ ਲੋਕਾਂ ਨੂੰ ਵੀ ਟਾਰਗੇਟ ਕਰਕੇ ਆਪਣੀਆਂ ਜਿਹੜੀਆਂ ਡਰੱਗਸ ਨੇ ਉਨ੍ਹਾਂ ਦੇ ਨਾਲ ਅਡਿਕਸ਼ਨ ਜਿਹੜੀ ਉਨ੍ਹਾਂ ਨੂੰ ਉਹ ਵੀ ਪਾ ਦਿੰਦੇ ਨੇ ਸੋ ਜੇ ਇਸ ਗੱਲ ਨੂੰ ਜੇ ਆਪਾਂ ਛੱਡ ਦਈਏ ਨਾ ਕਿ ਰਿਕਾਰਡਲੈਸ ਕਿ ਜਿਹੜਾ ਪਰਸਨ ਆ ਉਹ ਛੋਟੀ ਕੁਆਂਟਿਟੀ ਦੇ ਵਿੱਚ ਦਵਾਈਆਂ ਵੇਚ ਰਿਹਾ ਆ ਡਰੱਗਸ ਵੇਚ ਰਿਹਾ ਆ ਚਾਹੇ ਕੁਛ ਇੱਕ ਪੇਨ ਕਿਲਰਸ ਦੀਆਂ ਲੈਫਟ ਓਵਰ ਜਿਹੜੀਆਂ ਹੈਗੀਆਂ ਆ ਉਹ ਬਚ ਗਈਆਂ ਕਿਸੇ ਨੂੰ ਕੋਈ ਸੱਟ ਚੋਟ ਲੱਗ ਗਈ ਸੀ ਡਾਕਟਰ ਨੇ ਉਨ੍ਹਾਂ ਨੂੰ ਹਾਈ ਡੋਜ਼ ਕਹਿ ਲੋ ਕਿ ਫਾਰ ਐਗਜ਼ਾਮਪਲ ਆਪਾਂ ਕੈਨੇਡਾ ਵਿਟਾਇਰ ਨਾਲ 3 ਦੇ ਦਿੱਤੀ ਜਿਹੜਾ ਕਿ ਸਭ ਨੂੰ ਪਤਾ ਕਿ ਉਹਦੇ ਵਿੱਚ ਕੋਡੀਨ ਹੁੰਦੀ ਆ ਹਾਈ ਮਾਤਰਾ ਦੇ ਵਿੱਚ ਜਿਹੜੀ ਕਿ ਤੁਹਾਨੂੰ ਨੀਂਦ ਆ ਜਾਂਦੀ ਆ ਔਰ ਤੁਸੀਂ ਆਪਣੀ ਪੇਨ ਨੂੰ ਥੋੜੀ ਦੇਰ ਭੁੱਲ ਜਾਂਦੇ ਹੋ ਪਰ ਉਹ ਠੀਕ ਹੋ ਗਿਆ ਬੰਦਾ ਉਸ ਤੋਂ ਬਾਅਦ ਡਾਕਟਰ ਨੇ ਉਹਨੂੰ 3 ਮਹੀਨੇ ਦੀ ਦਵਾਈ ਜਿਹੜੀ ਪ੍ਰਿਸਕ੍ਰਾਈਬ ਕੀਤੀ ਸੀਗੀ ਪਰ ਉਹਨੇ ਸਿਰਫ ਜਿਹੜੀ ਉਹਨੂੰ ਯੂਜ਼ ਕੀਤੀ 1 ਮਹੀਨੇ ਲਈ ਕੀਤੀ ਤੇ ਉਹਦੇ ਕੋਲ 2 ਮਹੀਨੇ ਦੀ ਬਚ ਗਈ ਤੇ ਕਈ ਵਾਰੀ ਫਿਰ ਉਹ ਵੀ ਅੱਗੇ ਇਹਨਾਂ ਦਵਾਈਆਂ ਨੂੰ ਵੇਚ ਦਿੰਦੇ ਨੇ ਐਜ਼ ਏ ਡਰੱਗ ਵਾਂਗਰ ਸੋ ਉਹ ਵੀ ਉਹ ਜਸਟ ਕੀਪ ਇਨ ਮਾਇੰਡ ਕਿ ਚਾਹੇ ਤੁਸੀਂ ਖਰੀਦ ਕੇ ਪ੍ਰਿਸਕ੍ਰਿਪਸ਼ਨ ਦੇ ਵਿੱਚੋਂ ਲੀਗਲ ਵੇ ਨਾਲ ਖਰੀਦੀ ਹੋਈ ਆ ਪਰ ਜਦੋਂ ਤੁਸੀਂ ਆਪਣੀਆਂ ਇੱਦਾਂ ਦੀਆਂ ਜਿਹੜੀਆਂ ਦਵਾਈਆਂ ਆ ਬਾਕੀਆਂ ਦੇ ਨਾਲ ਸ਼ੇਅਰ ਕਰਕੇ ਉਨ੍ਹਾਂ ਤੋਂ ਮਨੀ ਲੈਂਦੇ ਹੋ ਦੈਟ ਇਜ਼ ਆਲਸੋ ਕਾਲਡ ਅ ਡਰੱਗ ਡੀਲਿੰਗ ਸੋ ਇੱਦਾਂ ਦੀਆਂ ਗੱਲਾਂ ਤੁਸੀਂ ਜਿਹੜੇ ਆ ਵਾਇਓਲੇਟ ਕਰਦੇ ਹੋ ਲਾਅ ਨੂੰ ਸੋ ਕੀਪ ਰਿਮੈਂਬਰ ਦੈਟ ਕਿ ਜੇ ਤੁਹਾਡੇ ਕੋਲ ਜਿਹੜੀਆਂ ਪ੍ਰਿਸਕ੍ਰਾਈਬਡ ਮੈਡੀਸਨਸ ਨੇ ਜੇ ਉਹ ਤੁਹਾਡੇ ਕੋਲ ਬਚ ਵੀ ਗਈਆਂ ਨੇ ਨਾ ਤੇ ਉਨ੍ਹਾਂ ਨੂੰ ਤੁਸੀਂ ਆਪਣੀ ਫਾਰਮੇਸੀ ਨੂੰ ਵਾਪਸ ਦੇ ਦੋ ਆਪਣੇ ਡਾਕਟਰ ਨੂੰ ਵਾਪਸ ਦੇ ਦੋ ਵਿਦਆਊਟ ਟੇਕਿੰਗ ਐਨੀ ਮਨੀ ਕਿਉਂਕਿ ਜਦੋਂ ਤੁਸੀਂ ਕਿਸੇ ਨੂੰ ਵੀ ਕੁਛ ਵੀ ਡਰੱਗ ਦਿੰਦੇ ਹੋ ਔਰ ਉਸਦੇ ਰਿਟਰਨ ਦੇ ਵਿੱਚ ਮਨੀ ਲੈਂਦੇ ਹੋ ਤਾਂ ਯੂ ਆਰ ਏ ਡਰੱਗ ਡੀਲਰ ਕੀਪ ਦੈਟ ਇਨ ਮਾਇੰਡ ਔਰ ਇਨ੍ਹਾਂ ਦੇ ਲਈ ਜੇ ਉਹ ਡਰੱਗਸ ਤੁਹਾਡੇ ਤੋਂ ਡਾਕਟਰ ਨੇ ਪ੍ਰਿਸਕ੍ਰਾਈਬ ਨਹੀਂ ਕੀਤੀਆਂ ਪਰ ਉਨ੍ਹਾਂ ਨੇ ਤੁਹਾਡੇ ਤੋਂ ਖਰੀਦ ਕੇ ਖਾ ਲਈਆਂ ਔਰ ਉਸਨੂੰ ਕੁਛ ਹੋ ਗਿਆ you can be arrested and you can have to serve in a jail for some term as well kyunki eh serious legal matter hai ga
ਸੋ ਇੱਦਾਂ ਦੀਆਂ ਗੱਲਾਂ ਦਾ ਵੀ ਤੁਹਾਨੂੰ ਖਿਆਲ ਰੱਖਣਾ ਚਾਹੀਦਾ ਵੀ ਕੈਂਟ ਰੀਅਲੀ ਸੇਟ ਕਿ ਜਿਹੜੇ ਟੀਕੇ ਲਾਉਣ ਵਾਲੇ ਨੇ ਉਹੀ ਡਰੱਗ ਡੀਲਰ ਹੈਗੇ ਆ ਨੋ ਦੇਰ ਸੋ ਮੈਨੀ ਅਦਰ ਥਿੰਗਸ ਇਸ ਤਰ੍ਹਾਂ ਦੀਆਂ ਹੈਗੀਆਂ ਜਿਹੜੀਆਂ ਕਿ ਡਰੱਗਸ ਦੇ ਵਿਚ ਜਿਹੜੀਆਂ ਇਹ ਕਹਿ ਲੋ ਕਿ ਤੁਸੀਂ ਡਰੱਗ ਡੀਲਰ ਦੀ ਕੈਟੇਗਰੀ ਚ ਤੁਹਾਨੂੰ ਪਾਣੇ ਦੇ ਲਈ ਜਿਹੜੀਆਂ ਗੱਲਾਂ ਹੈਗੀਆਂ ਉਹ ਵੀ ਉਹਦੇ ਵਿਚ ਆ ਜਾਂਦੀਆਂ ਨੇ ਕੁਛ ਇਕ ਸਰਵੇ ਹੋਰ ਵੀ ਇਸ ਤਰ੍ਹਾਂ ਦੇ ਸੀਗੇ ਕਿ ਜਿਹੜੇ ਡਰੱਗ ਡੀਲਰਸ ਦੇ ਸਰਵੇ ਕੀਤੇ ਗਏ ਸੀਗੇ ਉਹਨਾਂ ਕੰਪਨੀਆਂ ਨੇ ਔਰ ਉਹਨਾਂ ਨੇ ਇਹ ਪੁੱਛਿਆ ਸੀਗਾ ਕਿ ਤੁਹਾਨੂੰ ਪਤਾ ਕਿੱਦਾਂ ਲੱਗਦਾ ਹੈ ਕਿ ਕਿਹੜੇ ਬੰਦੇ ਨੇ ਡਰੱਗ ਯੂਜ਼ ਕਰਨੀ ਆ ਤੁਸੀਂ ਉਹਨਾਂ ਨੂੰ ਸਪੋਟ ਕਿੱਦਾਂ ਕਰਦੇ ਹੋ ਇਹਦੇ ਬਾਰੇ ਵੀ ਅੱਗੇ ਚੱਲ ਕੇ ਗੱਲ ਕਰੂੰਗੀ ਪਰ ਉਸ ਤੋਂ ਪਹਿਲਾਂ ਆਪਾਂ ਸੁਣਦੇ ਹਾਂ ਇੱਕ ਬਹੁਤ ਹੀ ਪਿਆਰੀ ਸ਼ਿਵ ਕੁਮਾਰ ਦੀ ਪੋਇਟਰੀ ਬਹੁਤ ਹੀ ਰੇਅਰ ਹੈਗੀ ਆ ਆਮ ਹਰੇਕ ਜਗ੍ਹਾ ਤੇ ਨਹੀਂ ਮਿਲਦੀ ਹੈਗੀ ਉਹ ਆਪਾਂ ਸੁਣਦੇ ਹੈਗੇ ਆ ਐਕਚੁਲੀ ਉਹ ਸ਼ਿਵ ਕੁਮਾਰ ਦੀ ਆਪਣੀ ਆਵਾਜ਼ ਦੇ ਵਿਚ ਹੀ ਇਹ ਰਿਸਾਈਟ ਕੀਤੀ ਹੋਈ ਉਹਨਾਂ ਦੀ ਇਹ ਪੋਇਟਰੀ ਜਿਹੜੀ ਆ ਉਹ ਸੁਣਦੇ ਆ La 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 Ki puchde o haal fakiran da Ki puchde o haal fakiran da ਸਾਡਾ ਨਦੀਓ ਵਿਛੜੇ ਮੀਰਾਂ ਦਾ ਕੀ ਪੁੱਛਦੇ ਹੋ ਹਾਲ ਫਕੀਰਾਂ ਦਾ ਸਾਡਾ ਨਦੀਓ ਵਿਛੜੇ ਮੀਰਾਂ ਦਾ ਸਾਡਾ ਹੰਝ ਦੀ ਜੂਨੇ ਆਇਆਂ ਦਾ ਸਾਡਾ ਦਿਲ ਚਲਿਆ ਦਿਲਗੀਰਾਂ ਦਾ ਕੀ ਪੁੱਛਦੇ ਹੋ ਹਾਲ ਫਕੀਰਾਂ ਦਾ ਏ ਜਾਣ ਦੁਨੀਆਂ ਕੁਝ ਸ਼ੌਖ ਦੇ ਤਸਵੀਰਾਂ ਹੈ ਰੰਗਾਂ ਦਾ ਹੀ ਨਾ ਤਸਵੀਰਾਂ ਹੈ ਜਦ ਹੱਟ ਗਈ ਅਸੀਂ ਇਸ਼ਕੇ ਦੀ ਜਦ ਹੱਟ ਗਈ ਅਸੀਂ ਇਸ਼ਕੇ ਦੀ ਮੁੱਲ ਕਰ ਬੈਠੇ ਤਸਵੀਰਾਂ ਦਾ ਕੀ ਪੁੱਛਦੇ ਹੋ ਹਾਲ ਫਕੀਰਾਂ ਦਾ ਸਾਡਾ ਨਦੀਆਂ ਵਿਛੜੇ ਮੀਰਾਂ ਦਾ ਤਕਦੀਰ ਤਾਂ ਆਪਣੀ ਸੋਤੀ ਸੀ ਤਕਦੀਰ ਤਾਂ ਆਪਣੀ ਸੋਤੀ ਸੀ ਤਕਦੀਰ ਤਾਂ ਆਪਣੀ ਤਕਦੀਰ ਸਾਥੋਂ ਨਾ ਹੋਈਆਂ ਤਕਦੀਰ ਸਾਥੋਂ ਨਾ ਹੋਈਆਂ ਨਾ ਚੰਗ ਛੁੱਟਿਆ ਨਾ ਕੰਨ ਪਾਟੇ ਨਾ ਚੰਗ ਛੁੱਟਿਆ ਨਾ ਕੰਨ ਪਾਟੇ ਚੁੰਡ ਲੰਘ ਗਿਆ ਇੰਜ ਹੀਰਾਂ ਦਾ ਕੀ ਪੁੱਛਦੇ ਹੋ ਹਾਲ ਫਕੀਰਾਂ ਸਾਡਾ ਨਦੀਓ ਵਿਛੜੇ ਮੀਰਾਂ ਦਾ ਸਾਨੂੰ ਲੱਖਾਂ ਦੇ ਪਰ ਇੱਕ ਦਾ
मन भी ना मिलिया क्या लिखिया किसे मुकद्दर सी क्या लिखिया किसे मुकद्दर सी हत्था दिया चार लिखिया की पुछते हो हाल फकीरां दा सदा नबी छिड़े नीरां दा ਸਾਡਾ ਹੰਜ ਦੀ ਜੂਨਿਆਂ ਦਾ ਸਾਡਾ ਦਿਲ ਜਲਿਆ ਦਿਲਗੀਰਾ ਦਾ ਮੇਰੇ ਗੀਤ ਲੋ ਸੁਣਦੇ ਨਾਲੇ ਤਾਖ ਸੁਣਦੇ ਨੇ ਨਾਲੇ ਕਾਫਰਿਆ ਖਿਸ ਦੀਂਦੇ ਮੈਂ ਦਰਦ ਨੂੰ ਕਾਬਾ ਕਹਿ ਬੈਠਾ ਮੈਂ ਦਰਦ ਨੂੰ ਕਾਬਾ ਕਹਿ ਬੈਠਾ ਰੱਬ ਨਾ ਰੱਖ ਬੈਠਾ ਪੀੜਾ ਦਾ ਕੀ ਪੁੱਛਦੇ ਹੋ ਹਾਂ जी मैडम जी वही मैं थोड़ी ये दसना चाहना जी बचपन से मैं जब मां अपनी बेबे को बैठा हूं दस गए थे बेबे मैंने पोएम सुना दी थी चंदा मामा दूर के कुए पकाए पूर के आप खान थाली च बच्चा नू दें प्याली च जब मैं ये सुनता सीगा रात नू मंजे से प्यारा अपनी बेबे को तो मेरे को लगाव गया सीगा चंदे नाल ते जब चंद्रयान टू ਦੀ ਲਾਂਚਿੰਗ ਹੋਈ ਅੱਜ ਤੇ 41 ਦਿਨ ਪਹਿਲਾਂ ਮੈਂ ਉਸੇ ਦਿਨ ਤੋਂ ਟੀਚ ਦੇ ਨਾਲ ਜੋੜਿਆ ਹੋਇਆ ਮਨ ਚੰਦਰਯਾਨ ਟੂ ਸਾਡਾ ਉੱਪਰ ਨੂੰ ਗਿਆ 41 ਦਿਨ ਦੇ ਬਾਅਦ ਜਦ ਦੀ ਲਾਂਚਿੰਗ ਸ਼ੁਰੂ ਹੋਈ ਪ੍ਰੋਸੈਸ ਦੇ ਵਿੱਚ ਤੇ ਮੈਡਮ ਦੱਸਣਾ ਚਾਹੁੰਦਾ ਮੈਂ ਕਿ ਸਾਡੇ ਚੰਦਰਯਾਨ ਟੂ ਨੇ 384,400 ਕਿਲੋਮੀਟਰ ਦਾ ਸਫ਼ਰ ਕੀਤਾ 2.1 ਕਿਲੋਮੀਟਰ ਹੀ ਰਹਿ ਗਿਆ ਸੀਗਾ ਜਿਹੜਾ ਸਾਡਾ ਆਰਬਿਟ ਸੀਗਾ ਉੱਥੇ ਉਤਰਾਂਗੇ ਉਹ ਟਾਈਮ ਮੈਂ ਦੇਖ ਰਿਹਾ ਸੀਗਾ ਪੂਰਾ ਹਿੰਦੁਸਤਾਨ ਜਾਗਦਾ ਪਿਆ ਸੀਗਾ ਹਰ ਕਿਸੇ ਦੇ ਮਨ ਚ ਇੱਕ ਵਿਸ਼ਵਾਸ ਸੀਗਾ ਕਿ ਸਾਡਾ ਵੀ ਚੰਦਰਯਾਨ ਵਿਕਰਮ ਹੈਗਾ ਇਹ ਬਹੁਤ ਸੇਫ ਲੈਂਡਿੰਗ ਕਰਕੇ ਜਾਏਗਾ ਔਰ ਜਦ ਮੈਂ ਇਸਰੋ ਦੇ ਵਿਗਿਆਨਿਕਾਂ ਨੂੰ ਦੇਖ ਰਿਹਾ ਸੀਗਾ ਉਹਨਾਂ ਦੀ ਇੱਕ ਟੀਮ ਸਪਿਰਿਟ ਦੇਖ ਰਿਹਾ ਸੀਗਾ ਹਰ ਕਿਸੇ ਦੇ ਅੱਖਾਂ ਚ ਇੱਕ ਚਮਕ ਸੀਗੀ ਉਹੀ ਚਮਕ ਹਰ ਭਾਰਤੀ ਹੈ ਹਰ ਹਿੰਦੁਸਤਾਨੀ ਮੂਲ ਦੇ ਦਿਮਾਗ ਚ ਵੀ ਸੀਗੀ ਕਿ ਅਗਰ ਸਾਡਾ ਚੰਦਰਯਾਨ ਟੂ ਉੱਥੇ ਵਿਕਰਮ ਲੈਂਡਿੰਗ ਕਰ ਜਾਂਦਾ ਹੈਗਾ ਤੇ ਅਸੀਂ ਇੱਕ ਬਹੁਤ ਵੱਡੀ ਛਾਲ ਮਾਰਾਂਗੇ ਸਪੇਸ ਦੇ ਅੰਦਰ ਜੀ ਇੱਕ ਹਿੰਦੁਸਤਾਨੀ ਸੀਗਾ ਜਿਵੇਂ ਕਿ ਉੱਤਰੀ ਧਰੁਵ ਦੇ ਉੱਪਰ ਜਿੱਥੇ ਕਿ ਬਹੁਤ ਜ਼ਿਆਦਾ ਬਰਫ਼ ਹੁੰਦੀ ਹੈ ਆਪਣਾ ਇਹ ਸਟੈਪ ਲਿਆ ਬੋਲਡ ਸਟੈਪ ਜੀ ਔਰ ਉਹਦੇ ਬਾਅਦ ਜਿਹੜਾ ਉਹ ਛੁਣ ਵੀ ਅਸੀਂ ਦੇਖਿਆ ਸਾਰੇ ਭਾਰਤੀਆਂ ਨੇ ਜਦ ਇਸਰੋ ਦੇ ਚੀਫ ਕੇ ਸਿਵਾਨ ਨੇ ਆ ਕੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਨੇ
ਇਹ ਗੱਲ ਦੱਸੀ ਕਿ ਸਾਡਾ ਵਿਕਰਾਂਤ ਦਾ ਜਿਹੜਾ ਕਿ ਸਿਗਨਲ ਨੇ ਉਹ ਸਾਨੂੰ ਪ੍ਰਾਪਤ ਨਹੀਂ ਹੋ ਰਿਹਾ। ਜੀ ਇੱਕ ਇਸਰੋ ਦੇ ਉਸ ਸੈਂਟਰ ਦੇ ਵਿੱਚ ਬੜੇ ਡ੍ਰੌਪ ਸਾਇਲੈਂਸ ਜਿਵੇਂ ਕਿ ਕਿਸੇ ਨੂੰ ਬਲੈਕ ਆਊਟ ਜਾਂ ਮਾਇੰਡ ਹੋ ਜਾਂਦਾ ਹੈ ਉਹ ਦੇਖਣ ਨੂੰ ਮਿਲ ਰਿਹਾ ਸੀਗਾ। ਜੀ ਅਸੀਂ ਲੋਕ ਟੀਵੀ ਚ ਦੇਖ ਰਹੇ ਸੀਗੇ ਹਰ ਘਰ ਚ ਦੇਖਿਆ ਜਾ ਰਿਹਾ ਸੀਗਾ। ਇਹਦੀ ਗੱਲ ਹੋਰ ਅਸੀਂ ਕਹਿੰਦਾ ਕਿ ਹਿੰਦੁਸਤਾਨ ਦੇ ਅੰਦਰ ਜਾਂ ਹੋਰ ਕੰਟਰੀ ਦੇ ਅੰਦਰ ਇੱਕ ਦੀਵਾਨਗੀ ਕ੍ਰਿਕਟ ਦੇ ਉੱਪਰ ਹੈ। ਕ੍ਰਿਕਟ ਲੋਕ ਜ਼ਿਆਦਾਤਰ ਉੱਠ ਕੇ ਦੇਖਦੇ ਨੇ ਖੇਲ ਨੂੰ ਦੇਖ ਕੇ ਚੰਗਾ ਖੇਡ ਹੈਗਾ ਲੇਕਿਨ ਮੈਨੂੰ ਲੱਗਦਾ ਕਿ ਜਿਹੜਾ ਕਿ ਇਸ ਤੇ ਸ਼ਟਲ ਨੂੰ ਇਹਦੀ ਐਕਟੀਵਿਟੀ ਲਈ ਪੂਰਾ ਦੇਸ਼ ਉੱਠ ਕੇ ਦੇਖ ਰਿਹਾ ਸੀਗਾ ਔਰ ਇੰਨਾ ਹੀ ਉਹਨਾਂ ਨੂੰ ਬੁਰਾ ਵੀ ਲੱਗਿਆ ਕਿ ਇਹ ਚੀਜ਼ ਪ੍ਰੋਪਰ ਤਰੀਕੇ ਦੇ ਨਾਲ ਲੈਂਡਿੰਗ ਨਹੀਂ ਹੋ ਪਾਈ। ਉਹਦੇ ਬਾਅਦ ਇਹ ਪਹਿਲੀ ਟਾਈਮ ਹੈ ਪਹਿਲੀ ਦਫ਼ਾ ਹੈਗਾ ਜਾਂ ਮੈਂ ਉਮਰ ਚ ਦੇਖਿਆ ਕਿ ਸਾਡੇ ਪ੍ਰਧਾਨ ਮੰਤਰੀ ਜੀ ਜੱਫੀ ਪਾ ਕੇ ਗਲੇ ਲਗਾ ਕੇ ਚੀਫ ਇਸਰੋ ਦੇ ਚੀਫ ਨੂੰ ਇੱਕ ਹੌਸਲਾ ਦਿੰਦੇ ਇਹ ਜਿਹੜਾ ਹੌਸਲਾ ਸੀਗਾ ਇਹ ਪੂਰੇ ਦੇਸ਼ ਨੂੰ ਹੌਸਲਾ ਮਿਲ ਰਿਹਾ ਸੀਗਾ ਕਿ ਅਸੀਂ ਸਕਸੈਸ ਸਾਡੀ ਨਹੀਂ ਹੋਈ ਬਟ 95% ਸਕਸੈਸ ਸਾਡੇ ਕੋਲ ਸੀਗੀ। ਜੀ ਨੈਕਸਟ ਡੇ ਇਸਰੋ ਚੀਫ ਦੀ ਸਟੇਟਮੈਂਟ ਵੀ ਆਈ ਕਿ 90% ਜਿਹੜਾ ਸਾਡੇ ਰੀਡਿੰਗ ਹੈ ਸਾਨੂੰ ਮਿਲਣੀ ਸ਼ੁਰੂ ਹੋ ਗਈਆਂ ਤੇ ਆਫਟਰ 14 ਡੇਜ 14 ਦਿਨ ਤੱਕ ਹੋ ਸਕਦਾ ਹੈ ਕਿ ਸਾਡਾ ਕਨੈਕਸ਼ਨ ਦੁਬਾਰਾ ਆਵੇ ਤੇ ਗ੍ਰਾਂਟ ਦੇ ਨਾਲ ਹੋ ਜਾਏ। ਜੀ ਇਹਦੇ ਵਿੱਚ ਫਿਊਲ ਹੈਗਾ ਹਲੇ ਤੇਲ ਵੀ ਬਚਿਆ ਹੋਇਆ ਹੈਗਾ। ਜੀ ਉਸ ਤੇਲ ਦੀ ਵਜ੍ਹਾ ਨਾਲ ਜਦੋਂ ਰੋਟੇਟ ਹੋਵੇਗਾ ਤਾਂ ਸਿਗਨਲ ਆਉਣਗੇ ਔਰ ਮੂਨ ਦੇ ਆਸ ਪਾਸ ਸਾਡਾ ਸ਼ਟਲ ਘੁੰਮੇਗਾ ਤੇ ਹੋ ਸਕਦਾ ਸਾਨੂੰ ਕੋਈ ਹੋਰ ਕਲੈਰਿਟੀ ਮਿਲੇ। ਜੀ ਲੇਕਿਨ ਪ੍ਰਧਾਨ ਮੰਤਰੀ ਜੀ ਨੇ ਕਿਹਾ ਕਿ ਸਾਨੂੰ ਰੁਕਣਾ ਨਹੀਂ ਹੈ ਜੀ ਚਲਤੇ ਰਹਿਣਾ ਹੈ। ਬਹੁਤ ਸੀ ਉਹ ਟਿਊਟ ਆਏ ਬਹੁਤ ਸੇ ਲੋਕਾਂ ਨੇ ਆਪਣੇ ਕਮੈਂਟ ਕੀਤੇ ਲੇਕਿਨ ਜਿਹੜਾ ਦੇਖਣ ਵਾਲੀ ਗੱਲ ਹੈ ਕਿ ਹਰ ਮੁਲਕ ਨੂੰ ਚਾਹੇ ਉਹ ਅਮੈਰੀਕਾ ਹੋ ਰਸ਼ੀਆ ਹੋ ਜਾਂ ਔਰ ਹਮਾਰੇ ਈਵਨ ਭੂਟਾਨ ਹੋ ਨੀਅਰ ਬਾਈ ਦੇਸ਼ ਥੇ ਸਭ ਨੇ ਹੀ ਇਸ ਚੀਜ਼ ਕੀ ਬਧਾਈ ਦੀ ਕਿ ਹਮ 95% ਕਾਮਯਾਬ ਹੋ ਗਏ ਨੇ ਔਰ ਜੋ 5% ਰਹਿ ਗਿਆ ਹੈ ਉਸਕੋ ਵੀ ਹਮ ਬਹੁਤ ਜਲਦੀ ਅਚੀਵ ਕਰ ਲੇਂਗੇ ਔਰ ਉਹ ਜੋ ਹਮਾਰਾ ਸਪਨਾ ਹੈ ਕਿ ਉੱਤਰੀ ਧਰੁਵ ਕੇ ਉੱਪਰ ਹਮਾਰਾ ਹਿੰਦੁਸਤਾਨ ਕਾ ਪਰਚਮ ਲਹਿਰਾਏ ਉਸਕੇ ਲੀਏ ਹਮ ਲੋਕ ਲਗੇ ਹੋਏ ਹੈ ਔਰ ਭਾਰਤੀ ਮੂਲ ਕੇ ਲੋਕਾਂ ਮੇਂ ਜਿੱਦ ਬਹੁਤ ਹੋਤੀ ਹੈ ਕਿ ਹਮ ਲੋਕ ਜਿਸ ਵਿਸ਼ਵਾਸ ਕੇ ਸਾਥ ਹਮ ਚਲਤੇ ਹਮ ਆਪਣੀ ਮੰਜ਼ਿਲ ਨੂੰ ਪ੍ਰਾਪਤ ਕਰਦੇ ਹੈ। ਜੀ ਬਿਲਕੁਲ ਬਹੁਤ ਹੀ ਵਧੀਆ ਇਹ ਜਿਹੜੀ ਗੱਲ ਹੈਗੀ ਆ ਹਰਪਿੰਦਰ ਜੀ ਬਿਕੋਜ਼ ਇਸ ਦੇ ਬਾਰੇ ਨਾਸਾ ਦੇ ਜਿਹੜੇ ਹੈਗੇ ਆ ਅਮੈਰੀਕਾ ਦੇ ਨਾਸਾ ਦੇ ਉਨ੍ਹਾਂ ਨੇ ਵੀ ਬਹੁਤ ਪ੍ਰੇਜ਼ ਕੀਤੀ ਹੈਗੀ ਆ ਇੰਡੀਆ ਦੇ ਇਸ ਐਫਰਟ ਦੇ ਲਈ ਉਨ੍ਹਾਂ ਨੇ ਵੀ ਕਿਹਾ ਕਿ ਬਹੁਤ ਹੀ ਵਧੀਆ ਇਹ ਜਿਹੜਾ ਕੰਮ ਸੀਗਾ ਔਰ ਕਿੰਨਾ ਫਾਇਦਾ ਹੋ ਜਾਂਦਾ ਆ ਇਹ ਕਾਮਯਾਬ ਹੋ ਜਾਂਦਾ ਤੇ ਕਿੰਨਾ ਫਾਇਦਾ ਸਾਰੇ ਵਰਲਡ ਨੂੰ ਹੀ ਹੋਏਗਾ ਉਸ ਦੇ ਬਾਰੇ ਸੋ ਬਹੁਤ ਬੜਾ ਸਟੈਪ ਲਿਆ ਇੰਡੀਆ ਨੇ ਔਰ ਐਕਚੁਲੀ ਜਿਹੜੇ ਇਸਰੋ ਦੇ ਹੈਗੇ ਆ ਸਾਇੰਟਿਸਟ ਜਿਹੜੇ ਉਹ ਸਾਰੇ ਵਧਾਈ ਦੇ ਹੱਕਦਾਰ ਹੈਗੇ ਆ ਸੋ ਨਾ ਉਮੀਦ ਹੋਣਾ ਹਜੇ ਜਿਹੜਾ ਆ ਜਾਂ ਕੁਛ ਇੱਕ ਦੀਆਂ ਇਹ ਅਫਵਾਹਾਂ ਉਡਾਉਣੀਆਂ ਕਿ ਉਹ ਕਾਮਯਾਬ ਨਹੀਂ ਹੋਇਆ ਫਲਾਨਾ ਨਹੀਂ ਹੋਇਆ ਯੇ ਨਹੀਂ ਹੋਇਆ ਵੋ ਨਹੀਂ ਹੋਇਆ ਉਹ ਹਜੇ ਇਟਸ ਟੂ ਸੂਨ ਟੂ ਸੇ ਐਨੀਥਿੰਗ ਪਰ ਰੱਬ ਨਾ ਕਰੇ ਗੋਡ ਫੋਰਬਿਡ ਜੇ ਉਹ ਕਾਮਯਾਬ ਨਹੀਂ ਵੀ ਹੁੰਦਾ ਇਟਸ ਸਟਿਲ ਅ ਵੈਰੀ ਗੁੱਡ ਐਫਰਟ ਉਹ ਕੰਟਰੀਜ਼ ਜਿਹੜੀਆਂ ਜਿਹੜੇ ਬਾਕੀ ਦੇ ਆ ਜਿਹੜੇ ਕੋਈ ਕੋਸ਼ਿਸ਼ ਹੀ ਨਹੀਂ ਕਰ ਰਹੇ ਹੈਗੇ ਤੇ ਉਨ੍ਹਾਂ ਦੀ ਕਾਮਯਾਬੀ ਦੇ ਰਿਜ਼ਲਟਸ ਤਾਂ ਆਲਵੇਜ਼ ਜ਼ੀਰੋ ਹੀ ਹੋਣੇ ਨੇ ਪਰ ਐਟਲੀਸਟ ਇੱਕ ਕੋਸ਼ਿਸ਼ ਕੀਤੀ ਗਈ ਆ ਬਹੁਤ ਹੀ ਵਧੀਆ ਜਿਹੜੀ ਆ ਉਸ ਨੂੰ ਸ਼ਲਾਘਾ ਕਰਨੀ ਉਸਦੀ ਪ੍ਰੇਜ਼ ਕਰਨੀ ਜਿਹੜੀ ਉਹ ਤਾਂ ਬਣਦੀ ਹੀ ਬਣਦੀ ਹੈਗੀ ਆ ਸੋ ਦੋਸਤੋ ਇਹ ਨੇ ਆਪਣੇ ਨਾਲ ਜੁੜੇ ਹੋਏ ਹਰਪਿੰਦਰ ਰਾਣਾ ਜੀ ਫਿਰੋਜ਼ਪੁਰ ਤੋਂ ਸਾਡੇ ਨਾਲ ਜੁੜੇ ਨੇ ਔਰ ਜਿਹੜੀ ਚੰਦਰਯਾਨ 2 ਦੀ ਜਿਹੜੀ ਆ ਉਹਦੀ ਅਪਡੇਟ ਸਾਡੇ ਲਈ ਲੈ ਕੇ ਆਏ ਨੇ ਥੈਂਕ ਯੂ ਸੋ ਮਚ ਹਰਪਿੰਦਰ ਜੀ ਪ੍ਰੋਗਰਾਮ ਦੇ ਨਾਲ ਜੁੜਨੇ ਦੇ ਲਈ ਔਰ ਸਾਡੇ ਲਈ ਇਹ ਵਧੀਆ ਜਾਣਕਾਰੀ ਜਿਹੜੀ ਲੈ ਕੇ ਆਉਣ ਦੇ ਲਈ ਫੇਰ ਵੀ ਤੁਸੀਂ ਗਾਹਕ ਗਾਹਕ ਬਿਕੋਜ਼ ਤੁਹਾਡੇ ਕੋਲ ਬਹੁਤ ਜ਼ਿਆਦਾ ਨੌਲੇਜ ਹੈਗੀ ਆ ਤੁਹਾਡੇ ਕੋਲ ਬਹੁਤ ਕੁਛ ਹੈਗਾ ਆ ਸਾਡੇ ਮੈਂ ਚਾਹੂੰਗੀ ਕਿ ਤੁਸੀਂ ਜਿਹੜੇ ਸਾਡੇ ਸਰੋਤੇ ਆ ਉਨ੍ਹਾਂ ਦੇ ਨਾਲ ਕੁਛ ਨਾ ਕੁਛ
चाहे थोड़ी देर लई सी जरूर जुड़िया करो ते अपनी जेडी इनफॉरमेशन है जेडी थोड़े कोल जेडी नॉलेज है वो साडे सुनन वालियां दे लई थोड़ी जरूर लेके आया करो। जी ना मैडम जी, मेरा सौभाग्य होगा कि मैं सब नाल आवाज इंटरनेशनल के आपके प्रदेश श्रोतियों नाल गल करांगा ते थानू भी बधाई दिंदा हां जिहड़ा कि थोड़ा 550वां तुसी जिहड़ा प्रकाश पर्व श्री गुरु नानक देव जी का मना रहे हो जी रैली कर जी हाँ जी हाँ जी हाँ जी कार रैली जी ओ होना कमिंग संडे नो हाँ जी आ रही है गया असर इंडिया दे उपर जिन्ने चंगे काम तुसी बाहर करदे हो 2-3% मैनू प्रॉपर मेरे पास आइडियाज नहीं है कि लोग थानू फॉलो करदे ने और जो अच्छी चीजां तुसी बाहर दे सिख के उठे करते हो सोसाइटी उही अडोप्ट करके पिंडां दे विच बैठे लोग भी करते ने चाहे वो प्लांटेशन हो गए चाहे वो हेल्थ केयर हो गए चाहे वो एजुकेशन हो गए चाहे वो किसी भी तरीके की अवेयरनेस हो गए जी तो वो इथों भी शुरू हो जाती है। तो मैंने बहुत चंगा लगता कि पंजाबी कमेटी बाहर बहुत अच्छी पोजिशन से बैठी हुई है और बहुत अच्छे अच्छे काम करती है गुरु महाराज ने भी याद करती है जी तो ऐसा के काम जो पंजाबी करते हैं उन्होंने बधाई के पात्र ने असि भी उन्होंने फॉलो करा गे पंजाब के बहुत सारी उन्होंने जरूरत है लोगों की अवेयरनेस की अभी अपनी अवेयरनेस अभी दिया करो जी तो मैडम जी आप जी का आपकी सोसायटी बधाई बहुत सी फाउंडेशन कार रैली जी क्योंकि कार रैली जी हरपिंदर जी असि कराने ना ओका मतलब भी यही हों की सारी बिकॉज जेड़ा लाइफ स्टाइल आ बाहरलियां कंट्रीज दा बिजी हैगा आ हर कोई कमां दे विच भी बिजी आ वैसे भी थोड़ा जिहा स्ट्रेसफुल ज्यादा हैगा आ क्योंकि दोनों पार्टनर्स जेड़े ने ओ बाहर काम करन जांदे ने ते बच्चे स्कूल जांदे ने ते फैमिलीज दे लई साडे कोल कई वारी क्योंकि काम तो थक के आई ज्यादा टाइम नहीं मिलदा हैगा सो इसे करके ए जेड़ा इवेंट भी जेड़ा है ना कार रैली दा ए 21वां असि कार रैली कर रहे ने भी पिछले 21 ਸਾਲਾਂ ਤੋਂ ਇਹ ਇਵੈਂਟਸ ਹੋ ਰਹੇ ਨੇ ਔਰ ਇਟਸ ਕਾਲਡ ਆਲਸੋ ਫੈਮਿਲੀ ਪਿਕਨਿਕ ਦੇ ਵਿੱਚ ਵੀ ਆਪਾਂ ਇਹਨੂੰ ਗਿਣ ਲੈਂਦੇ ਕਿਉਂਕਿ ਸਾਰੀ ਫੈਮਿਲੀ ਇਕੱਠੀ ਹੋ ਕੇ ਆਉਂਦੀ ਹੈ ਇਹ ਕਾਰ ਰੇਸ ਨਹੀਂ ਹੈਗੀ ਕੋਈ ਵੀ ਕਿ ਤੁਸੀਂ ਬਹੁਤ ਸਪੀਡ ਨਾਲ ਕਾਰ ਚਲਾਣੀ ਹੈ ਜਾਂ ਕੁਛ ਹੈ ਤੁਸੀਂ ਆਪਣੀ ਰੈਗੂਲਰ ਕਾਰ ਦੇ ਵਿੱਚ ਆਪਣੀ ਫੈਮਿਲੀ ਦੇ ਨਾਲ ਤੁਸੀਂ ਜਾ ਸਕਦੇ ਹੋ ਜਿੰਨੀਆਂ ਤੁਹਾਡੀ ਕਾਰ ਦੇ ਵਿੱਚ ਪੈਸੰਜਰਸ ਅਲਾਊਡ ਨੇ ਸੀਟ ਬੈਲਟਸ ਹੈਗੀਆਂ ਤੁਸੀਂ ਉਨੇ ਪੈਸੰਜਰਸ ਲੈ ਕੇ ਜਾ ਸਕਦੇ ਹੋ ਔਰ ਫਿਰ ਜਿਹੜੀ ਬਾਕੀ ਦੇ ਜਿਹੜੇ ਨਹੀਂ ਵੀ ਜਾਣਾ ਚਾਹੁੰਦੇ ਕਾਰ ਰੈਲੀ ਤੇ ਉਹ ਜਿਹੜੇ ਪਿੱਛੇ ਰਹਿ ਜਾਂਦੇ ਨੇ ਉਹ ਸਾਰਿਆਂ ਦੇ ਲਈ ਪਿਕਨਿਕ ਵੀ ਅਰੇਂਜ ਹੁੰਦੀ ਹੈ ਬਹੁਤ ਹੀ ਫਨ ਫੀਲਡ ਇਹ ਕਹਿ ਲਓ ਕਿ ਈਵੈਂਟ ਹੁੰਦਾ ਆ ਉਹਦੇ ਵਿੱਚ ਬੱਚਿਆਂ ਦੀਆਂ ਵੀ ਰੇਸ ਹੁੰਦੀਆਂ ਬਜੁਰਗਾਂ ਦੀਆਂ ਵੀ ਹੁੰਦੀਆਂ ਹੈਗੀਆਂ ਗੇਮਸ ਲੇਡੀਜ਼ ਦੇ ਲਈ ਗੇਮ ਹੁੰਦੀਆਂ ਔਰ ਫਿਰ ਗਿੱਧਾ ਭੰਗੜਾ ਜਿਹੜਾ ਉਹ ਤਾਂ ਹੁੰਦਾ ਹੀ ਹੈ ਸਿੰਗਿੰਗ ਦਾ ਵੀ ਮਾਹੌਲ ਹੁੰਦਾ ਇਹ ਕਹਿ ਲਓ ਕਿ ਸਾਰਾ ਦਿਨ ਤੁਸੀਂ ਆਪਣੀ ਫੈਮਿਲੀ ਦੇ ਨਾਲ ਬਹੁਤ ਜ਼ਿਆਦਾ ਫਨ ਕਰਦੇ ਹੋ ਔਰ ਜਿਹੜੀ ਪਿਕਨਿਕ ਵੀ ਅਰੇਂਜ ਕੀਤੀ ਜਾਂਦੀ ਆ ਉਹ ਦੇਰ ਇਜ਼ ਨੋ ਕਾਸਟ ਫਾਰ ਇਟ ਕੋਈ ਉਹਨੂੰ ਅਟੈਂਡ ਕਰਨ ਦੀ ਕੋਈ ਕਾਸਟ ਨਹੀਂ ਹੁੰਦੀ ਹੈਗੀ ਸਿਰਫ ਜੇ ਤੁਸੀਂ ਰੈਲੀ ਦੇ ਵਿੱਚ ਜਾ ਰਹੇ ਹੋ ਕਾਰ ਰੈਲੀ ਚ ਆਪਣੀ ਕਾਰ ਲੈ ਕੇ ਜਾ ਰਹੇ ਹੋ ਤੇ ਉਹ $50 ਪਰ ਕਾਰ ਬਹੁਤ ਹੀ ਨਾਮੀਨਲ ਚਾਰਜਿਸ ਜਿਹੜੇ ਹੁੰਦੇ ਨੇ ਕਿਉਂਕਿ ਸਾਡੇ ਨਾਲ ਜਿਹੜੇ ਟੋਰਾਂਟੋ ਆਟੋ ਸਪੋਰਟਸ ਵਾਲੇ ਲੋਕ ਜਿਹੜੇ ਆ ਉਹ ਵੀ ਜੁੜੇ ਹੋਏ ਆ ਤੇ ਉਹ ਜਿਹੜੇ ਸਾਡੇ ਤੋਂ ਚਾਰਜਿਸ ਕਰਦੇ ਆ ਸਿਰਫ ਉਹਨਾਂ ਦੀ ਇਹੀ ਕਾਸਟ ਹੁੰਦੀ ਆ ਬਾਕੀ ਨਥਿੰਗ ਐਲਸ ਕੋਈ ਫੂਡ ਦੀ ਕਾਸਟ ਨਹੀਂ ਹੁੰਦੀ ਆਲ ਫਰੀ ਫੂਡ ਹੁੰਦਾ ਆ ਸਾਰਾ ਕੁਛ ਔਰ ਜਿਹੜਾ ਫਨ ਤੁਸੀਂ ਲੈ ਕੇ ਜਾਂਦੇ ਹੋ ਜਿਹੜੀਆਂ ਮੈਮਰੀਜ਼ ਲੈ ਕੇ ਜਾਂਦੇ ਹੋ ਔਰ ਹਰਪਿੰਦਰ ਮੈਂ ਤੁਹਾਨੂੰ ਇੱਥੇ ਇੱਕ ਗੱਲ ਜ਼ਰੂਰ ਐਡ ਆਨ ਕਰਨਾ ਚਾਹੂੰਗੀ ਕਿ ਕੁਛ ਇੱਕ ਜਿਹੜੇ ਸਾਡੇ ਅਟੈਂਡੀਜ਼ ਨੇ ਜਿਹੜੇ ਆਉਂਦੇ ਨੇ ਪਿਕਨਿਕ ਦੇ ਵਿੱਚ ਉਹ ਪਿੱਛੇ 21 ਸਾਲਾਂ ਤੋਂ ਲਗਾਤਾਰ ਆ ਰਹੇ ਨੇ ਔਰ ਐਵਰੀ ਟਾਈਮ ਉਹ ਆਪਣੇ ਨਾਲ ਹੋਰ ਫੈਮਿਲੀਜ਼ ਨੂੰ ਲੈ ਕੇ ਆਉਂਦੇ ਨੇ ਇਹ ਕਹਿ ਲੋ ਕਿ ਸਾਡੀ ਬਿਗ ਅਚੀਵਮੈਂਟ ਹੈਗੀ ਆ ਕਿ ਇਸ ਨੂੰ ਪਸੰਦ ਕੀਤਾ ਜਾਂਦਾ ਔਰ ਅੱਗੇ ਤੋਂ ਅੱਗੇ ਜਿਹੜੇ ਸਾਨੂੰ ਰੈਫਰਲਸ ਵੀ ਜਿਹੜੇ ਉਸ ਤੇ ਮਿਲਦੇ ਹੈਗੇ ਆ ਅਗੇਨ ਥੈਂਕ ਯੂ ਸੋ ਮਚ ਹਰਪਿੰਦਰ ਸਾਡੀ ਹੌਸਲਾ ਅਫਜਾਈ ਵੀ ਵਧਾਉਣ ਦੇ ਲਈ ਔਰ ਸਾਡੀ ਨੌਲੇਜ ਵੀ ਵਧਾਉਣ ਦੇ ਲਈ ਜਿਹੜੀ ਤੁਸੀਂ ਸਾਡੇ ਨਾਲ ਅੱਜ ਪ੍ਰੋਗਰਾਮ ਦੇ ਵਿਚ ਸ਼ਾਮਲ ਹੋਏ ਹੋ ਥੈਂਕ ਯੂ ਮੈਮ ਜੀ ਸੋ ਦੋਸਤੋ ਇਹ ਸੀਗੇ ਸਾਡੇ ਨਾਲ ਜੁੜੇ ਫਿਰੋਜ਼ਪੁਰ ਤੋਂ ਹਰਪਿੰਦਰ ਸਾਗਰ ਜੀ ਵੀ ਆਉਣ ਵਾਲੇ ਪ੍ਰੋਗਰਾਮਸ ਦੇ ਵਿਚ ਵੀ ਸਾਡੇ ਨਾਲ ਜੁੜਦੇ ਰਿਹਾ ਕਰਨਗੇ ਅੱਜ ਮੈਂ ਗਾਹੇ ਬਗਾਏ ਤੁਹਾਡੇ ਲਈ ਇਹਨਾਂ ਤੋਂ ਅਸੀਂ ਆਲਰੇਡੀ ਜਿਹੜੀ ਆ ਹਾਂ ਕਰਾਈ ਲਈ ਹੈਗੀ ਆ ਤੇ ਕਾਰ ਰੈਲੀ ਦੇ ਬਾਰੇ ਮੈਂ ਤੁਹਾਨੂੰ ਥੋੜਾ ਜਿਹਾ ਹੋਰ ਦੱਸਦਾ ਕਿ ਇਹ ਜਿਹੜੀ ਕਾਰ ਰੈਲੀ ਹੈ ਇਹ ਮਾਲਟਨ ਦੇ ਵਿਚ ਹੋਣ ਜਾ ਰਹੀ ਹੈ ਡੈਰੀ ਰੋਡ ਤੇ ਗੋਰਵੇ ਰੋਡ ਦੇ ਕਾਰਨਰਸ ਦੇ ਉਪਰ ਜਿਹੜਾ ਪੌਲ ਕਾਫੀ ਪਾਰਕ ਆ ਪਹਿਲਾਂ ਇਹਨੂੰ ਆਈ ਥਿੰਕ ਵਾਈਲਡ ਵੁੱਡ
वेस्ट पार्क कहा जाता सी पर हुण इहदा नाम चेंज करके पॉल कॉफी पार्क कर दिता है। इहदा एग्जैक्ट एड्रेस जेड़ा 3430 डेयरी रोड ईस्ट 3430 डेयरी रोड ईस्ट इहदा हैगा। और ईवेंट जेड़ा आ सवेर नू 10:30 तो चल के 6 बजे तक जेड़ा ईवेंट रहेगा। सारे दिन का फन हैगा आ कार रैली ते भी जानगे जेड़े ओ भी 3-4 घंटे वापस आ जाते ने फिर ओ भी आके जेड़ा प्रोग्राम दे विच जेड़े पिकनिक दे प्रोग्राम्स ने उन्हां दे विच शामिल हो जाते ने। तुहानू इहदी होर ज्यादा जानकारी चाहीदी होवे ते तुसी मैनू भी कॉल कर सकते हो 416-543-2078 ते कॉल कर सकते हो या फिर तुसी कॉल कर सकते हो मेजर सिंह नागरा नू 416-997-3000 ते कॉल कर सकते हो। बलवीर संधू जी जेड़े पंजाब स्पोर्ट्स स्टोर तो जेड़े है पंजाब स्पोर्ट्स सेंटर तो है गया उना नू तुसी पंजाब स्पोर्ट्स स्टोर दिस उपर भी कॉल करके होर इनफॉरमेशन ले सकते हो जां फिर तुसी उना नू 416-451-2998 ते उपर भी तुसी कॉल कर सकते हो। कुलदीप चून डॉक्टर कुलदीप चून उना नू भी तुसी कॉल कर सकते हो 6478761370 ते। जे तुसी वेबसाइट ते जाना चाहो ते www.gncsf.org ओते ते जाके भी सारी डिटेल्स ले सकते हो। जे तुसी अपनी कारा हजे तक रजिस्टर नहीं कराईया ते तुसी ओ भी जेड़ी उत्थे वेबसाइट दे उपर फॉर्म है तुसी ओदे उपर भी जाके इस फॉर्म नू भर के तुसी सबमिट कर सकते हो। तुसी ईमेल कर सकते हो gncsf.org@gmail.com दे उपर। बहुत सारी इनफॉरमेशन आ फेसबुक के उपर भी पेज हैगा GNCSF का पेज भी हैगा आ तुसी उत्थो भी इनफॉरमेशन ला सकते हो। बहुत सारे सोर्सेज ने एंड इफ नथिंग एल्स वर्क्स तुसी मैनू मैसेज कर सकते हो मैनू कॉल कर सकते हो 416-543-2078 के उपर भी ते तुसी जेड़ी होर फर्दर इनफॉरमेशन या कोई भी लैनी होवे ते तुसी ओ भी ला सकते हो। अदरवाइज जस्ट संडे नू तुसी उत्थे 10:30 पहुंचो पॉल कॉफी पार्क दे विच जेड़ा डेयरी ते गोरवे रोड दे कॉर्नर दे विच हैगा आ साउथ वेस्ट कॉर्नर दे विच उदे ऑपोजिट जेड़िया मैकडोनल्ड वे इट्स हार्ड टू मिस बहुत वड्डा पार्क हैगा इट्स हार्ड टू मिस उत्थे पहुंचो तुसी अपनी फैमिलीज दे नाल ते सारा दिन अपना जेड़ा इवेंट जेड़ा ओ इंजॉय करो। ते दोस्तो अज प्रोग्राम दे विच मैं गल कर रही सीगी ड्रग्स दे बारे ड्रग डीलर्स दे बारे ते एज आई सैड कि जेड़े अपने पहला मैं गल कीती आ कि जेड़े एह ड्रग डीलर्स ने इस स्पॉट किदा करदे ने जेड़े कि इन्हां नूं पता हुंदा कि ए इन्हां दे कस्टमर्स होने ने ते एक सर्वे कीता गया सीगा मैगजीन ने जिहड़ी वॉइस फ्रांस मैगजीन आ उहदे विचों इह आर्टिकल छपिया सीगा जिहड़ा सर्वे दा जिहड़ी मैं तुहाडे नाल जानकारी जिहड़ी आ उह शेयर करन जा रही हैगी आ कि किस तरह इह जिहड़े ड्रग डीलर्स ने इह स्पॉट किस तरह करदे ने जिहड़े इन्हां दे कस्टमर्स हुंदे ने इन्हां नूं किद्दां पता लगदा है कि इस बंदे ने साडे कोलों जिहड़ी आ खरीद लैनी हैगी आ। ते दोस्तो ए करने तो पहला एक मेरे कोल एक होर गीत मैनू भेजिया सीगा सोहराब नायक जी उन्हां दी आवाज दे विच ए एक जेड़ा गीत आ ओ पहला सुनदे आ। तू जो नजरों के सामने कर होगा नहीं तुझको देख बिन मैं मरना जाऊं कहीं तुझको भूल जाऊं कैसे माने ना मनाऊं कैसे तू बता रुके ना रुके नैना तेरी ओर है इन्हें तो रहना रुके ना रुके नैना काटता हूँ लाखों लम्हे कटते नहीं है साए तेरी यादों के हटते नहीं है काटता हूँ लाखों लम्हे कटते नहीं है साए तेरी यादों के हटते नहीं है सूख गए हैं आंसू तेरी जुदाई के पलकों से फिर भी बादल छटते नहीं है खुद को मैं हंसाऊं कैसे माने ना मनाऊं कैसे तू बता रुके ना रुके नैना
तेरी ओर है इन्हें तो रहना रुके नैना जो सांझ ख्वाब देखते थे नैना शहर में पल के मीचते हैं यूं जुदा हुए कदम जिन्होंने ली थी ये कसम मिलके चलेंगे हरदम अब बांटते हैं ये गम भीगे नैना जो सांझ ख्वाब देखते थे नैना घुटन में बंद हो गए हैं यूं टूटी चार पाई वही मिट्टी की सुराही रास्ता देखे बन्नो रे बन्नो मेरी चली ससुराल को अखियों में पानी दे गई दुआ में मीठी गुड़ धानी दे गई है बन्नो रे बन्नो मेरी चली ससुराल को अखियों में पानी दे गई दुआ में मीठी गुड़ धानी दे गई। जी दोस्तों तुसी ये सुनिया गीत सोहराब नायक दी आवाज विच बहुत ही स्वीट आवाज उन्हां दी और बहुत ही वधिया तरह उन्होंने जेड़ा गाया भी इस गीत नू बहुत ही खूबसूरत और दोस्तों बिकॉज अपना समा जेड़ा ओ थोड़ा जेहा ओवर भी हो रहा हैगा पर मैं आई विल लाइक टू फिनिश इट कि जेड़ी आप अज टच बेस कीता जेड़े टॉपिक नू कि ड्रग्स दे जेड़े डीलर्स ने ओ किस तरह लोकां नू स्कैम भी कर जांदे ने ते ए जेड़ी मैं थोड़े नाल हुण शेयर करन जा रही हां ए मैगजीन दे विचों जेड़ी एज आई सेड कि जेड़ी फ्रांस की जेड़ी मैगजीन है उसके बिचो ए मैं आर्टिकल उन्होंने तो लिया तो ओदे विचो कहंदे ने कि उन्होंने जदों पुछया ड्रग डीलर्स नू कि थानू किद्दां तुसी स्पॉट कर दे हो कि केड़ा ड्रग लैण वाला है और किनू आपने स्कैम भी करना बिकॉज बहुत वारी जेड़े ड्रग डीलर्स ने उस स्कैम भी कर जांदे ने कहने नू ओ कहोगे कि एह कह लो कि ग्राम ऑफ कोकेन थानू दे रहे ने पर दे जांदे ने सिर्फ आटा ही विच पा के ओदे विच ते कई बारी कोई कैन बार जेड़ी आ ओह भी बेच दित्ती जांदी हैगी इंस्टेड ऑफ जेड़े पॉट खरीदते ने ते इस करके पुछा गया जदों उन्होंने चार जेड़े ड्रग डीलर्स ने डिफरेंट वंस उन्हां दे थ्रू इन्हां ने वाइस फ्रांस मैगजीन जेड़ी जदों सर्वे कीता ते पुछया ते उन्हां नू फिर जेड़ियां गल्लां सामने आईयां कि तुसी किद्दां तुसी इन्हां नू लोकां नू लभदे हो और किद्दां थानू पता लग जांदा कि तुसी किस नू जेड़ा आ तुसी ओ राइट प्रोडक्ट जेड़ा बेच रहे ने ओ बेचना है और किस तरह ए पता कि किनू स्कैम करना है बिकॉज ऑल ड्रग डीलर्स नो कि जे ओ स्कैम भी किसे नाल करदे ने ते उन्हां नू पता है कि उन्हां नू उन्हां दे अगेंस्ट कोई रिपोर्ट नहीं जाएगी नोबडी कैन डू एनीथिंग कि मैं नू ओ गलत प्रोडक्ट दे गए या व्हाटएवर इदां दीआं जेड़ीआं आ ओ नहीं उन्हां नू पता कि पुलिस दे कोल लोकां ने नहीं जाना सो इसी तरह एक जेड़ा वीड बेस दा सीगा डीलर बेस्ट इन ओदा नाम सीगा 31 ईयर ओल्ड सीगा उन्हू जदों पुछया गया कि यह गल्लां पुछियां गया क्योंकि वह अपने घर दे विच ही ग्रो कर रहा सीगा काफी कह लो कि पिछले काफी डेकेड्स तक ते उन्हू जदों पुछया गया कि तू कि तू जेड़ी यह स्कैम्स आ ओ तू किद्दां करदा है भी तू किद्दां उन्हां लोकां नू चुणदा आ ते उन्हे अग्गों यह जवाब दिता सीगा कि जेड़े जिन्हां नू सानू गल करके पता लग जांदा कि इन्हां नू प्रोडक्ट बारे कोई नॉलेज नहीं हैगी कोई पुछ नहीं हैगा उन्होंने कुछ उन्होंने रीवे भी नहीं करना कि तुसी उन्होंने एक ग्राम दित्ती है दो ग्राम दित्ती है ते उन्होंने कोल बहुत ज्यादा कॉन्टेक्ट भी नहीं हुंदे है सानू पता हुंदा सी उन्होंने ओ फिर नकली जेड़ा प्रोडक्ट है ओ दे दिंदे आ ते फिर उन्होंने कहा कि जदों सानू ए दिखदा है कि इस बंदे दे कोल पैसा हैगा आ ते एह काइंड ऑफ सेम प्रोफेशनल सर्कल दे विच हैगा जिदे विच मैं हैगा आ ते फिर असी जेड़ियां कई डील्स जेड़ियां असी उन्हां नू फिर पता हुंदा कि सानू जेड़े असी इन्हां तो पैसे जेड़े एक्स्ट्रा वी चार्ज जेड़े ओ नहीं कर सकदे उन्हां नू फिर ओह जेड़ा प्रोडक्ट दी जो कीमत हैगी आ ओदे अकॉर्डिंगली देख दे दिंदे ने ते फिर उन्होंने कहा कि तुसी उन्हां नू चीट किवें करदे हो जदों ए क्वेश्चन पुछ गया ते उसने कहा कि
ਇੱਕ ਕਹਿੰਦਾ ਏਦਾਂ ਹੁੰਦੀ ਆ ਕਿ ਜਿਹੜੀ ਚੀਟ ਜਿਹੜੀ ਕਰਨੀ ਆ ਨਾ ਉਹ ਇਹ ਉਹੀ ਲੋਕ ਹੁੰਦੇ ਨੇ ਜਿਹੜੇ ਕਾਫੀ ਅਮੀਰ ਲੋਕ ਹੁੰਦੇ ਨੇ ਔਰ ਜਿਹੜੇ ਪਤਾ ਹੈ ਉਹਨਾਂ ਨੂੰ ਕਿ ਪੈਸਾ ਜਿਹੜਾ ਚਲਾ ਗਿਆ ਤੇ ਉਹਨੂੰ ਕੁਛ ਵੀ ਫਰਕ ਨਹੀਂ ਪੈਣਾ ਇੰਨਾ ਕੁ ਪੈਸਾ ਜਿਹੜਾ ਚਲਾ ਗਿਆ ਉਹਨਾਂ ਦੇ ਨਾਲ ਅਸੀਂ ਜਿਹੜਾ ਚੀਟ ਕਰ ਲੈਂਦੇ ਹਾਂ ਪਰ ਮੋਸਟਲੀ ਕਹਿੰਦੇ ਕਿ ਜਿਹੜੀਆਂ ਏਦਾਂ ਦੀਆਂ ਜਿਹੜੀਆਂ ਡਰੱਗਸ ਦੀਆਂ ਡੀਲਿੰਗਸ ਹੁੰਦੀਆਂ ਕਿਉਂਕਿ ਉਸ ਕਸਟਮਰ ਨੇ ਤੁਹਾਡੇ ਕੋਲ ਮੁੜ ਕੇ ਵੀ ਆਉਣਾ ਹੁੰਦਾ ਆ ਕਰਕੇ ਕਹਿੰਦੇ ਕੋਸ਼ਿਸ਼ ਕਰੀ ਦੀ ਆ ਕਿ ਇਮਾਨਦਾਰੀ ਦੇ ਨਾਲ ਜਿਹੜਾ ਇਹ ਅਸੀਂ ਕੰਮ ਕਰ ਸਕੀਏ ਤੇ ਇਸੇ ਤਰ੍ਹਾਂ ਇੱਕ ਜਿਹੜਾ ਐਜ਼ ਆਈ ਸੈਡ ਕਿ ਉਹਨਾਂ ਨੇ ਚਾਰਾਂ ਨੂੰ ਡੀਲ ਕੀਤਾ ਗੱਲ ਕੀਤੀ ਸੀਗੀ ਤੇ ਇਸੇ ਤਰ੍ਹਾਂ ਇੱਕ ਕੋਕੇਨ ਡੀਲਰ ਸੀਗਾ ਨੇਥਨ 27 ਸਾਲ ਦਾ ਸੀਗਾ ਉਹ ਕਹਿੰਦਾ ਕਿ ਕਾਫੀ ਤਰ੍ਹਾਂ ਦੇ ਕਹਿੰਦਾ ਤਰੀਕੇ ਹੈਗੇ ਆ ਜਿਹੜੇ ਕਿ ਏਦਾਂ ਚੀਟ ਕੀਤੇ ਜਾ ਸਕਦੇ ਹੈਗੇ ਆ ਜਿਸ ਵੇ ਨਾਲ ਆਪਾਂ ਕਸਟਮਰਸ ਨੂੰ ਚੀਟ ਕੇ ਕਰ ਸਕਦੇ ਆ ਤੇ ਉਹ ਉਹਨਾਂ ਦੇ ਵਿੱਚੋਂ ਕੋਈ ਬਹੁਤ ਜ਼ਿਆਦਾ ਉਹ ਰਿਸਕੀਅਰ ਵੀ ਨਹੀਂ ਹੁੰਦੇ ਹੈਗੇ ਉਹ ਕਹਿੰਦਾ ਕਿ ਉਹ ਕਦੀ ਵੀ ਜਿਹੜਾ ਪੂਰੀ ਤਰ੍ਹਾਂ ਪ੍ਰੋਫੈਸ਼ਨਲ ਡੀਲਰ ਤਾਂ ਕਦੀ ਸੀਗਾ ਹੀ ਨਹੀਂ ਕਿਉਂਕਿ ਉਹਨੇ ਜਿਹੜਾ ਮੀਨਸ ਉਹਦੇ ਜਿਹੜੇ ਸੀਗੇ ਡਰੱਗ ਕਰਨ ਦੇ ਉਹ ਲਾਰਜ ਕੁਆਂਟਿਟੀਜ਼ ਹੁੰਦੀਆਂ ਸੀਗੀਆਂ ਤੇ ਉਹ ਜਰਨਲੀ ਜਿਹੜੀ ਆ ਮਨੀ ਉਹਨੂੰ ਹੁੰਦੀ ਸੀ ਫੰਡਿੰਗ ਕਰਨ ਦੇ ਲਈ ਤੇ ਉਹ ਆਪਣੇ ਖੁਦ ਦੇ ਯੂਜ਼ ਲਈ ਵੀ ਜਿਹੜੀ ਉਹ ਡਰੱਗ ਕਰਦਾ ਸੀਗਾ ਤੇ ਉਸਨੇ ਉਸਨੂੰ ਜਦੋਂ ਅੱਗੇ ਇਹ ਪੁੱਛਿਆ ਗਿਆ ਕਿ ਤੂੰ ਚੀਜ਼ ਕਿਵੇਂ ਕਰਦਾ ਉਹ ਸੇਮ ਥਿੰਗ ਕਹਿੰਦਾ ਕਿ ਜਿਹੜੇ ਨਵੇਂ ਬੰਦੇ ਹੁੰਦੇ ਨੇ ਮੈਂ ਉਹਨਾਂ ਨੂੰ ਆਟਾ ਪਾ ਕੇ ਹੀ ਜਿਹੜਾ ਕੋਕੇਨ ਦੀ ਜਗ੍ਹਾ ਤੇ ਮੈਂ ਉਹਨਾਂ ਨੂੰ ਦੇ ਦਿੰਦਾ ਆ ਤੇ ਫਿਰ ਜਦੋਂ ਉਹਨੂੰ ਪੁੱਛਿਆ ਗਿਆ ਕਿ ਵੀ ਤੇਰੇ ਓਪੀਨੀਅਨ ਦੇ ਵਿੱਚ ਕੀ ਹੈਗਾ ਆ ਕਿ ਜਿਹੜਾ ਇਹ ਬੰਦਾ ਆ ਇਹਨੂੰ ਤੋਂ ਚੀਟ ਕਰ ਸਕਦਾ ਆ ਤੇ ਉਹਨੇ ਜਵਾਬ ਸਿਮੀਲਰ ਹੀ ਸੀਗਾ ਉਸਦਾ ਵੀ ਕਿ ਪਤਾ ਲੱਗ ਜਾਂਦਾ ਆ ਜਦੋਂ ਕਿ ਫਸਟ ਟਾਈਮ ਕੋਈ ਕਸਟਮਰ ਜਿਹੜਾ ਆਉਂਦਾ ਆ ਉਹਨਾਂ ਦੇ ਕੋਲ ਉਹ ਸ਼ੇਕੀ ਹੁੰਦਾ ਆ ਡਰਦਾ ਹੁੰਦਾ ਆ ਉਹ ਆਸ ਪਾਸ ਬਹੁਤ ਦੇਖ ਰਿਹਾ ਹੁੰਦਾ ਵੀ ਉਹਨੂੰ ਕੋਈ ਦੇਖ ਨਾ ਲਵੇ ਡਰੱਗ ਡੀਲਿੰਗ ਕਰਦੇ ਨੂੰ ਤੇ ਇਸ ਕਰਕੇ ਕਹਿੰਦੇ ਸਾਨੂੰ ਪਤਾ ਲੱਗ ਜਾਂਦਾ ਤੇ ਅਸੀਂ ਉਹਨੂੰ ਜਿਹੜਾ ਆ ਇਹ ਅਸੀਂ ਉਹਨੂੰ ਦੇ ਦਿੰਨੇ ਆ ਕਿ ਇਹ ਜਿਹੜੀ ਪ੍ਰੋਡਕਟ ਜਿਹੜਾ ਆ ਉਹਨੂੰ ਅਸੀਂ ਆਟਾ ਵੀ ਪਾ ਕੇ ਦੇ ਦੇਈਦਾ ਹੈਗਾ ਤੇ ਜਦੋਂ ਇਹ ਪੁੱਛਿਆ ਗਿਆ ਕਿ ਤੂੰ ਆਪਣਾ ਸ਼ਿਕਾਰ ਜਿਹੜਾ ਕਰਦਾ ਆ ਤੇ ਉਹ ਕਿਸ ਤਰ੍ਹਾਂ ਕਰਦਾ ਤੇ ਉਹਨੇ ਅੱਗੇ ਇਹ ਜਵਾਬ ਦਿੱਤਾ ਸੀਗਾ ਕਿ ਮੈਂ ਤੁਹਾਨੂੰ ਇਹ ਦੱਸਦਾ ਕਿ ਮੈਂ ਕਦੀ ਕਿਸੇ ਸ਼ਿਕਾਰ ਨੂੰ ਚੂਜ਼ ਨਹੀਂ ਕੀਤਾ ਉਹ ਮੈਨੂੰ ਐਕਚੁਲੀ ਲੱਭ ਲੈਂਦੇ ਨੇ ਸਟ੍ਰੇਂਜਰਸ ਹੁੰਦੇ ਨੇ ਰਾਤ ਦੇ ਵੇਲੇ ਆਉਂਦੇ ਨੇ ਸੜਕ ਦੇ ਉੱਤੇ ਮਿਲਦੇ ਨੇ ਟੈਕਸਟ ਦੇ ਥਰੂ ਜਿਹੜੀ ਆਪਾਂ ਡੀਲ ਕਰਦੇ ਆ ਤੇ ਮੈਂ ਕਹਿੰਦਾ ਕਿ ਆਪੇ ਖੁਦ ਹੀ ਕਹਿੰਦਾ ਮੈਂ ਇੱਦਾਂ ਦਾ ਹੈਗਾ ਕਿ ਮੈਂ ਬਹੁਤ ਜ਼ਿਆਦਾ ਨੂੰ ਜਿਹੜਾ ਆ ਮੈਂ ਜਿਹੜੀ ਚੀਟਿੰਗ ਆ ਕਹਿੰਦਾ ਮੈਂ ਨਹੀਂ ਕਰਦਾ ਕਹਿੰਦਾ ਮੈਂ ਯੂਜ਼ਲੀ ਟਾਰਗੇਟ ਕਰਦਾ ਆ ਜਿਹੜੀ ਛੋਟੀ ਉਮਰ ਦੇ ਆ ਜਿਹੜੇ ਫਿਜ਼ੀਕਲੀ ਦੇਖਣ ਨੂੰ ਮੇਰੇ ਨਾਲੋਂ ਕਮਜ਼ੋਰ ਲੱਗਦੇ ਹੋਣ ਮੈਂ ਉਦਾਂ ਦੇ ਜਿਹੜੇ ਆ ਮੈਂ ਉਦਾਂ ਦੇ ਬੰਦਿਆਂ ਨੂੰ ਹੀ ਰਿਪ ਆਫ ਕਰਦਾ ਆ ਪਰ ਮੈਂ ਕੋਸ਼ਿਸ਼ ਕਰਦਾ ਹੁੰਦਾ ਕਿ ਮੈਂ ਖੁਦ ਪ੍ਰੋਬਲਮ ਦੇ ਵਿੱਚ ਜਿਹੜਾ ਉਹ ਆਵਾਂ ਨਾ ਤੇ ਉਹ ਜਦੋਂ ਪੁੱਛਿਆ ਗਿਆ ਕਿ ਹੋਰ ਕਿਹੜੇ ਮੈਥਡਸ ਹੈਗੇ ਆ ਵੀ ਜਿਨ੍ਹਾਂ ਦੇ ਨਾਲ ਤੂੰ ਜਾ ਕੇ ਲੋਕਾਂ ਨੂੰ ਮਿਲਦਾ ਆ ਉਹਨਾਂ ਦੇ ਨਾਲ ਡਰੱਗ ਡੀਲਿੰਗਸ ਕਰਦਾ ਆ ਚੀਟ ਵੀ ਉਹਨਾਂ ਨੂੰ ਕਰਦਾ ਆ ਉਹਨੇ ਕਿਹਾ ਕਿ ਮੈਂ ਯੂਜ਼ਲੀ ਜਿਹੜਾ ਲੋਕਾਂ ਨੂੰ ਪਬਲਿਕ ਪਲੇਸਿਸ ਤੇ ਮਿਲਦਾ ਆ ਯੂਜ਼ਲੀ ਸੜਕਾਂ ਦੇ ਉੱਪਰ ਮਿਲਦਾ ਆ ਮੈਂ ਉਹਨਾਂ ਦੇ ਘਰ ਘੱਟ ਜਾਂਦਾ ਆ ਤੇ ਮੈਂ ਕਹਿੰਦਾ ਕਿ ਉਹਨਾਂ ਨੂੰ ਹਮੇਸ਼ਾ ਅਵੋਇਡ ਕਰਦਾ ਕਿ ਮੈਂ ਹੋਮ ਡਿਲੀਵਰੀ ਜਿਹੜੀ ਆ ਉਹ ਮੈਂ ਨਹੀਂ ਕਰਨੀ ਹੈਗੀ ਗਾਰਬੇਜ ਦੇ ਬੈਗਾਂ ਦੇ ਵਿੱਚ ਕਹਿੰਦੇ ਕਿ ਕਾਫੀ ਸਾਰੀਆਂ ਲੇਅਰਸ ਦੇ ਵਿੱਚ ਪਾ ਕੇ ਅਸੀਂ ਉਹਨਾਂ ਦੇ ਵਿੱਚ ਆਪਣਾ ਪ੍ਰੋਡਕਟ ਜਿਹੜਾ ਆ ਉਹਨੂੰ ਅਸੀਂ ਲਪੇਟ ਕੇ ਲੈ ਜਾਈਦਾ ਆ ਤੇ ਜਦੋਂ ਕੋਈ ਏਦਾਂ ਦਾ ਮਿਲਦਾ ਆ ਤੇ ਉਹਦੇ ਤੇ ਪ੍ਰੈਸ਼ਰ ਪਾਈਦਾ ਹੈਗਾ ਆ ਇਹ ਕਹਿ ਕੇ ਕਿ ਨਾਲ ਪੁਲਿਸ ਨੇੜੇ ਹੈਗੀ ਆ ਤੂੰ ਛੇਤੀ ਛੇਤੀ ਕਰ ਲਾ ਪੁਲਿਸ ਆਸ ਪਾਸ ਹੀ ਘੁੰਮ ਰਹੀ ਆ ਤੇ ਪਰ ਉਹ ਜਿਹੜੇ ਫਸਟ ਟਾਈਮਰਸ ਹੁੰਦੇ ਆ ਜਾਂ ਜਿਹੜੇ ਹਜੇ ਬਹੁਤ ਜ਼ਿਆਦਾ ਡੀਲਿੰਗਸ ਨਹੀਂ ਕੀਤੀਆਂ ਹੁੰਦੀਆਂ ਉਹ ਏਦਾਂ ਦੀਆਂ ਗੱਲਾਂ ਦੇ ਵਿੱਚ ਆ ਜਾਂਦੇ ਨੇ ਤੇ ਅਗਲੇ ਤੋਂ ਅਸੀਂ ਪੈਸਾ ਲੈ ਕੇ ਉਹਨੂੰ ਫੜਾ ਕੇ ਫਟਾਫਟ ਅਸੀਂ ਉਥੋਂ ਦੌੜਨੇ ਦੀ ਕਰੀ ਦੇਦੀ ਆ ਕਈ ਵਾਰੀ ਅਸੀਂ ਉਹਨਾਂ ਤੋਂ ਅੱਸੀ ਡਾਲਰ ਯੂਰੋਸ ਜਿਹੜੇ ਆ ਉਹ ਵੀ ਕਹਿੰਦੇ ਲੈ ਲੈਣੇ ਹੈਗੇ ਆ ਤੇ ਕਈ ਵਾਰੀ ਅਸੀਂ ਉਹਨਾਂ ਨੂੰ ਗਾਰਬੇਜ ਜਿਹੜਾ ਆ ਜਿਹੜਾ ਕਿ ਡਰੱਗ ਨਹੀਂ ਵੀ ਹੁੰਦੀ ਉਹ ਵੀ ਦੇ ਕੇ ਆ ਜਾਂਦੇ ਆ ਤੇ ਉਸ ਬੰਦੇ ਨੇ ਕਹਿੰਦੇ ਕਿ ਨਾਲ ਇਹ ਚੱਕਲ ਵੀ ਕੀਤਾ ਨਾਲ ਉਹਨੇ ਹੱਸ ਕੇ ਇਹ ਵੀ ਦੱਸਿਆ ਕਿ ਮੈਂ ਜਦੋਂ ਕਿਸੇ ਨੂੰ ਚੀਟ ਕਰਦਾ ਆ ਪੈਸੇ ਉਹਨਾਂ ਤੋਂ ਲੈ ਕੇ ਨਕਲੀ ਮਾਲ ਦੇ ਦਿੰਦਾ ਆ ਕਹਿੰਦਾ ਮੈਂ ਆਪਣੇ ਆਪ ਨੂੰ ਸੋਸ਼ਲ ਵਰਕਰ ਸਮਝਦਾ ਆ ਕਿ ਮੈਂ ਉਹਨੂੰ ਡਰੱਗ ਦੀ ਆਦਤ ਤੋਂ ਬਚਾਉਣ ਦੀ ਕੋਸ਼ਿਸ਼ ਕੀਤੀ ਹੈਗੀ ਆ ਮਜ਼ਾਕ ਦੇ ਨਾਲ ਮਜ਼ਾਕ ਰਿਹਾ ਪਰ ਜਿਹੜੀ ਆਹ ਡਰੱਗ ਡੀਲਿੰਗ ਕਰਨੀ ਆ ਜਿਹੜਾ ਤੁਸੀਂ ਕਿਸੇ ਨੂੰ ਖਰਾਬ ਕਰਨਾ ਆ ਫੋਰ ਐਨੀ ਗਿਵਨ ਰੀਜ਼ਨ ਪੈਸਿਆਂ ਦੀ ਖਾਤਰ ਜੋ ਕੁਛ ਵੀ ਹੈਗਾ ਆ ਇੱਦਾਂ ਦੀ ਖਾਤਰ ਤੁਸੀਂ ਆਈ ਡੋਂਟ ਥਿੰਕ ਇਟਸ ਅ ਗੁੱਡ ਆਈਡੀਆ ਪਰ ਬਹੁਤ ਸਾਰੇ ਲੋਕ ਇੱਦਾਂ ਦੇ ਹੈਗੇ ਆ ਜਿਨ੍ਹਾਂ ਦੇ ਕੋਈ ਐਥਿਕਸ ਹੁੰਦੇ ਹੀ ਨਹੀਂ ਹੈਗੇ ਤੇ ਅਗਲੀ ਜਿਹੜੇ ਉਹਨਾਂ ਨੇ ਡਰੱਗ ਡੀਲਰ ਨੂੰ ਕੀਤਾ ਸੀਗਾ ਕੰਟੈਕਟ ਜਿਸ ਸਰਵੇ ਦੇ ਦੌਰਾਨ ਉਹ ਇੱਕ ਕੁੜੀ ਸੀਗੀ ਸਰੀਨਾ ਨਾਮ ਸੀਗਾ ਉਹਦਾ ਔਰ ਉਹ ਕਹਿੰਦੀ ਕਿ ਮੈਂ ਹੁਣ 23 ਸਾਲ ਦੀ ਆ ਪਰ ਮੈਂ ਜਦੋਂ 19 ਤੋਂ 22 ਸਾਲ ਦੀ ਉਮਰ ਦੇ ਵਿੱਚ ਜਿਹੜਾ ਆ
ਮੈਂ ਕਾਫੀ ਸਾਰੀਆਂ ਕਹਿੰਦੀ ਸਕੈਮਿੰਗਸ ਕੀਤੀਆਂ ਸੀਗੀਆਂ ਕਿਉਂਕਿ ਮੈਨੂੰ ਉਦੋਂ ਪੈਸਾ ਚਾਹੀਦਾ ਹੁੰਦਾ ਸੀਗਾ ਤੇ ਕਈਆਂ ਵਾਰ ਇਹ ਵੀ ਹੁੰਦਾ ਸੀਗਾ ਕਿ ਮੈਂ ਕਿਸੇ ਤੋਂ ਬਦਲਾ ਲੈਣਾ ਹੈਗਾ ਕਿਸੇ ਕੁੜੀਆਂ ਦੇ ਨਾਲ ਕਿਸੇ ਮੁੰਡਿਆਂ ਦੇ ਨਾਲ ਕੋਈ ਇਸ਼ੂ ਹੋ ਗਏ ਕਹਿੰਦੀ ਮੈਂ ਉਹਨਾਂ ਨੂੰ ਡਰੱਗਾਂ ਦੇ ਉੱਪਰ ਪਾ ਦਿੱਤਾ ਸੀਗਾ ਕਿਉਂਕਿ ਮੈਂ ਛੋਟੀ ਸੀ ਮੈਨੂੰ ਇਦਾਂ ਦੀਆਂ ਗੱਲਾਂ ਦਾ ਪਤਾ ਨਹੀਂ ਸੀ ਹੁੰਦਾ ਕਿ ਇਹ ਜਿਹੜੀ ਕਿਸੇ ਦੀ ਜ਼ਿੰਦਗੀ ਮੌਤ ਦਾ ਸਵਾਲ ਵੀ ਹੋ ਸਕਦਾ ਹੈ ਤੇ ਉਹ ਹੁਣ ਕਹਿੰਦੀ ਸੀ ਕਿ ਮੈਂ 23 ਸਾਲ ਦੀ ਹੋ ਗਈ ਹਾਂ ਬਸ ਮੈਂ ਆਹੀ ਸਾਲ ਹੀ ਕਹਿੰਦੀ ਕਰਨਾ ਪਰ ਮੇਰਾ ਕਹਿੰਦੀ ਹੁਣ ਦਿਲ ਨਹੀਂ ਕਰਦਾ ਹੈਗਾ ਕਿ ਮੈਂ ਕਿਸੇ ਨੂੰ ਖਰਾਬ ਕਰਾਂ ਕਿਉਂਕਿ ਮੈਂ ਕਾਨੂੰਨ ਦੇ ਵਿਚ ਵੀ ਕੋਈ ਆਪਣੇ ਤੇ ਹਜੇ ਤੱਕ ਕਹਿੰਦੀ ਮੇਰੇ ਤੇ ਕੋਈ ਦਾਗ ਨਹੀਂ ਲੱਗਾ ਪਰ ਮੈਂ ਬਚ ਕੇ ਵੀ ਰਹਿਣਾ ਚਾਹੁੰਦੀ ਹਾਂ ਸੋ ਇਹ ਸੀਗਾ ਜਿਹੜੀਆਂ ਗੱਲਾਂ ਸੀਗੀਆਂ ਸਰਵੇ ਦੇ ਦੌਰਾਨ ਜਿਹੜੀਆਂ ਗੱਲਾਂ ਕੀਤੀਆਂ ਗਈਆਂ ਸੀਗੀਆਂ ਸੋ ਦੋਸਤੋ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਆਵਾਜ਼ ਇੰਟਰਨੈਸ਼ਨਲ ਜੋ ਕਿ ਪੰਜਾਬ ਰੌਕਸ ਦੇ ਸਹਿਯੋਗ ਦੇ ਨਾਲ ਵੀਪੀਓ ਵੈਬ ਇੰਟਰਨੈਸ਼ਨਲ ਦੀ ਟੀਮ ਵੱਲੋਂ ਤੁਹਾਡੇ ਲਈ ਪੇਸ਼ ਕੀਤਾ ਗਿਆ ਤੇ ਕਿਸ ਤਰ੍ਹਾਂ ਦਾ ਲੱਗਿਆ ਇਹ ਪ੍ਰੋਗਰਾਮ ਤੁਸੀਂ ਮੈਨੂੰ ਉਸ ਦੀ ਫੀਡਬੈਕ ਜ਼ਰੂਰ ਦਿਆ ਕਰੋ ਤੁਸੀਂ ਮੇਰਾ ਜਿਹੜਾ ਫੇਸਬੁੱਕ ਦਾ ਪੇਜ ਹੈ ਆਵਾਜ਼ ਇੰਟਰਨੈਸ਼ਨਲ ਉਹਦੇ ਤੇ ਵੀ ਮੈਸੇਜ ਕਰ ਸਕਦੇ ਹੋ ਤੇ ਜਾਂ ਫਿਰ ਤੁਸੀਂ ਮੈਨੂੰ ਵਟਸਐਪ ਕਰ ਸਕਦੇ ਹੋ 4165432078 ਤੇ ਜੇ ਤੁਸੀਂ ਮੇਰੇ ਨਾਲ ਡਾਇਰੈਕਟਲੀ ਜੁੜੇ ਹੋਏ ਹੈਗੇ ਹੋ ਫੇਸਬੁੱਕ ਦੇ ਜ਼ਰੀਏ ਤੇ ਤੁਸੀਂ ਮੈਨੂੰ ਉੱਥੇ ਵੀ ਆਪਣੀ ਫੀਡਬੈਕ ਜਿਹੜੀ ਆ ਤੁਸੀਂ ਉਹ ਮੈਨੂੰ ਦੇ ਸਕਦੇ ਹੋ ਕਿਉਂਕਿ ਆ ਪ੍ਰੋਗਰਾਮ ਨੂੰ ਤੁਸੀਂ ਪਸੰਦ ਕਰਦੇ ਹੋ ਸੁਣਦੇ ਹੋ ਅੱਜ ਜਿਹੜੀ ਐਕਚੁਲੀ ਇਸ ਵੀਕਐਂਡ ਦਾ ਜਿਹੜਾ ਪ੍ਰੋਗਰਾਮ ਹੈਗਾ ਇਹ ਸਾਡੇ ਅੱਜ ਪ੍ਰੋਗਰਾਮ ਦੀ ਸੈਕਿੰਡ ਐਨੀਵਰਸਰੀ ਹੈਗੀ ਆ ਬਹੁਤ ਮੈਨੂੰ ਖੁਸ਼ੀ ਹੁੰਦੀ ਆ ਜਦੋਂ ਤੁਸੀਂ ਮੈਨੂੰ ਮੈਸੇਜ ਕਰਕੇ ਦੱਸਦੇ ਹੋ ਕਿ ਤੁਹਾਨੂੰ ਪ੍ਰੋਗਰਾਮ ਚ ਇਹ ਪਸੰਦ ਆਇਆ ਜਾਂ ਇਹ ਗੱਲ ਜਿਹੜੀ ਨਹੀਂ ਪਸੰਦ ਆਈ ਜਦੋਂ ਤੁਸੀਂ ਮੈਨੂੰ ਉਹ ਵੀ ਦਿੰਦੇ ਹੋ ਉਹ ਵੀ ਬਹੁਤ ਹੀ ਮੈਨੂੰ ਅੱਛਾ ਲੱਗਦਾ ਕਿਉਂਕਿ ਮੈਂ ਟਰਾਈ ਕੋਸ਼ਿਸ਼ ਕਰਦੀ ਹਾਂ ਆਪਣੇ ਵੱਲੋਂ ਕਿ ਤੁਹਾਡੇ ਲਈ ਜਿਹੜੀ ਬੈਟਰ ਹੈਗੀ ਐਂਟਰਟੇਨਮੈਂਟ ਉਹ ਲੈ ਕੇ ਆਇਆ ਕਰਾਂ ਔਰ ਕਿਉਂਕਿ ਮੈਨੂੰ ਅੱਜ ਜਿਹੜੀ ਪ੍ਰੋਗਰਾਮ ਦੇ ਵਿਚ ਡਰੱਗਸ ਦੇ ਬਾਰੇ ਗੱਲ ਕੀਤੀ ਸੀ ਇਸ ਦੇ ਬਾਰੇ ਵੀ ਜਸਪਾਲ ਸਿਨਹਾ ਨੇ ਮੈਨੂੰ ਕਿਹਾ ਸੀਗਾ ਕਿ ਆਪਣੇ ਪ੍ਰੋਗਰਾਮ ਦੇ ਜ਼ਰੀਏ ਅਸੀਂ ਕੁਛ ਅਵੇਅਰਨੈਸ ਲਿਆਉਣ ਦੀ ਕੋਸ਼ਿਸ਼ ਕਰੀਏ ਕਿਉਂਕਿ ਬਹੁਤ ਸਾਰੇ ਲੋਕ ਇਹ ਕੋਸ਼ਿਸ਼ ਤਾਂ ਕਰ ਰਹੇ ਨੇ ਕਿ ਉਨ੍ਹਾਂ ਦੇ ਏਰੀਏ ਦੇ ਵਿਚੋਂ ਜਿਹੜੇ ਡਰੱਗ ਡੀਲਰਸ ਨੇ ਉਹ ਬਾਹਰ ਕੱਢ ਦਿੱਤੇ ਜਾਣ ਪਰ ਫਿਰ ਉਹ ਕਹਿੰਦੇ ਕਿ ਗੱਲ ਤਾਂ ਫਿਰ ਉੱਥੇ ਹੀ ਆ ਜਾਂਦੀ ਹੈ ਨਾ ਕਿ ਜਿਹੜੇ ਡਰੱਗ ਡੀਲਰਸ ਆ ਆਪਾਂ ਉਨ੍ਹਾਂ ਨੂੰ ਪਛਾਣ ਕਿੱਦਾਂ ਸਕਦੇ ਹਾਂ ਸੋ ਇਸ ਕਰਕੇ ਅੱਜ ਦਾ ਜਿਹੜਾ ਇਹ ਟਾਪਿਕ ਤੁਹਾਡੇ ਲਈ ਲੈ ਕੇ ਆਈ ਸੀ ਤੁਸੀਂ ਵੀ ਮੈਨੂੰ ਸੁਝਾਅ ਦੇ ਸਕਦੇ ਹੋ ਕਿ ਤੁਸੀਂ ਕਿਸ ਟਾਪਿਕ ਦੇ ਉੱਪਰ ਜਿਹੜੀ ਗੱਲਬਾਤ ਜਿਹੜੀ ਸੁਣਨਾ ਚਾਹੁੰਦੇ ਹੋ ਸੋ ਦੋਸਤੋ ਇਹ ਸੀਗਾ ਅੱਜ ਦਾ ਪ੍ਰੋਗਰਾਮ ਆਵਾਜ਼ ਇੰਟਰਨੈਸ਼ਨਲ ਜੋ ਕਿ ਪੰਜਾਬ ਰਾਕਸ ਦੇ ਸਹਿਯੋਗ ਦੇ ਨਾਲ ਪੇਸ਼ ਕੀਤਾ ਗਿਆ ਕੱਲ ਨੂੰ ਯਾਨੀ ਕਿ ਮੰਡੇ ਦੀ ਸਵੇਰ ਨੂੰ ਟੋਰਾਂਟੋ ਟਾਈਮ ਦੇ 8 ਵਜੇ ਰੇਡੀਓ ਚੰਨ ਪਰਦੇਸੀ ਦੇ ਉੱਤੇ ਤੁਹਾਡੇ ਲਈ ਹੋਰ ਇੱਕ ਪ੍ਰੋਗਰਾਮ ਲੈ ਕੇ ਆਉਂਗੀ ਤੇ ਅਗਲੇ ਹਫਤੇ ਇਸੀ ਟਾਈਮ ਤੇ ਅਗਲਾ ਐਪੀਸੋਡ ਲੈ ਕੇ ਪੰਜਾਬ ਰਾਕਸ ਦੇ ਟੋਰਾਂਟੋ ਦੀ ਸ਼ਾਮ ਨੂੰ ਫੇਰ ਤੁਹਾਡੇ ਨਾਲ ਹੋਏਗੀ ਮੁਲਾਕਾਤ ਹੈਵ ਅ ਸੇਫ ਵਰਕਿੰਗ ਵੀਕ ਸਤਿ ਸ੍ਰੀ ਅਕਾਲ ਖੁਸ਼ ਰਹੋ ਆਬਾਦ ਰਹੋ ਔਰ ਜਾਂਦੇ ਜਾਂਦੇ ਇਹ ਗੱਲ ਜ਼ਰੂਰ ਕਹਿਣਾ ਚਾਹੂੰਗੀ ਕਿ ਤੁਸੀਂ ਕੱਲ ਸਵੇਰ ਨੂੰ ਮਾਰਨਿੰਗ ਦੇ ਵਿਚ ਠੰਡਾ ਵੈਦਰ ਹੋਣਾ ਆ ਜਿਹੜੀ ਵੀ ਤੁਸੀਂ ਜਿਸ ਵੇ ਨਾਲ ਵੀ ਡਰੈਸ ਅਪ ਹੋ ਕੇ ਜਾਂਦੇ ਹੋ ਉਹਦੇ ਉੱਪਰ ਇੱਕ ਐਕਸਟਰਾ ਲੇਅਰ ਜਿਹੜੀ ਆ ਉਹ ਹੋਰ ਜ਼ਰੂਰ ਪਾ ਲਿਓ ਆਪਣਾ ਖਿਆਲ ਰੱਖੋ ਆਪਣੇ ਬੱਚਿਆਂ ਦਾ ਖਿਆਲ ਰੱਖੋ ਆਪਣੇ ਆਸ ਪਾਸ ਦਾ ਖਿਆਲ ਰੱਖੋ ਸਤਿ ਸ੍ਰੀ ਅਕਾਲ ਬਾਏ ਬਾਏ